ਧੀਰਾ ਸੰਧੋ ਤੇ ਸ਼ਿੰਦਾ ਸੰਧੋ, ਏਅਰ ਐਂਡ ਓਸ਼ਨ ਲੈਂਡ ਦੇ ਧੀਰਾ ਸੰਧੋ ਤੇ ਸ਼ਿੰਦੇ ਸੰਧੋ ਨਾਲ ਸਪੋਂਸਰ ਹੈ। ਤੇ ਸੈਕੰਡ ਪ੍ਰਾਈਜ਼ ਜਿਹੜਾ ਸਰਦਾਰ ਦਲਜੀਤ ਸਿੰਘ ਜੀ ਸੋਤਾ ਟਰਾਂਟੋ ਟਰੱਕ ਟਾਇਰ ਸੈਂਟਰ ਤੇ ਡਰਾਈਵਿੰਗ ਸਕੂਲ ਦੇ ਸਰਦਾਰ ਦਲਜੀਤ ਸਿੰਘ ਜੀ ਸੋਤੇ ਵੱਲੋਂ ਸਪੋਂਸਰ ਕੀਤਾ ਗਿਆ ਹੈ। ਸਮੁੱਚੇ ਇਹਨਾਂ ਵੀਰਾਂ ਦਾ ਜਿਨ੍ਹਾਂ ਦਾ ਵੱਡਾ ਯੋਗਦਾਨ ਹੈ ਹਾਈ ਪੁਆਇੰਟ ਟਰੱਕ ਸੇਲ ਦੇ, ਸਰਬਜੀਤ ਗਿੱਲ ਤੇ ਜਸਪਾਲ ਸਿੱਧੂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉੱਥੇ ਹੀ ਕਾਲਾ ਹਾਂਸ ਜੀ, ਹਾਂਸ ਟਰੈਕਿੰਗ ਤੇ ਕਿੰਗਡਮ ਟੀਮ, ਉੱਥੇ ਹੀ ਟਾਈਟਨ ਟਰੱਕ ਰਿਪੇਅਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਲਓ ਪਹਿਲੀ ਕਬੱਡੀ ਇਸ ਮੁਕਾਬਲੇ ਦੀ, ਪਹਿਲੀ ਕਬੱਡੀ ਗਰਾਊਂਡ ਖਾਲੀ ਕਰ ਦਿਓ ਜੀ, ਗਰਾਊਂਡ ਕਲੀਅਰ ਕਰ ਦਿਓ। ਪਹਿਲੀ ਰੇਡ ਇਸ ਵੇ ਸ਼ਕਰਪੁਰੀਆ ਸਾਜੀ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਅੱਗੇ ਨੂੰ ਵਾਧਾ ਹੋਇਆ। ਚਾਰ ਜਾਫੀ ਇੰਟਰਨੈਸ਼ਨਲ ਦੀ ਟੀਮ ਦੇ, ਇਹ ਆ ਮੋਹਿਤ ਡੀਂਗ ਦਾ ਔਰ ਹਰਿਆਣੇ ਵਾਲਾ ਪਰ ਸਵਰਨਾ ਆਖਦਾ ਵੀ ਡਬਲ ਟੱਚ ਹੈ ਤੇ ਪੁਆਇੰਟ ਇਹ ਸਵੇਤਾ ਵੀ ਦੇ। ਆ ਗਰਾਊਂਡ ਕਲੀਅਰ ਕਰ ਦਿਓ ਜੀ, ਇੱਧਰ ਕਮੈਂਟਰੀ ਗੋਖਾ ਟਵਾਲ ਭਾਜੀ, ਆ ਜਗ੍ਹਾ ਖਾਲੀ ਕਰ ਦਿਓ ਪਲੀਜ਼। ਮੀਕੇ ਭਾਜੀ, ਪੱਪੂ ਤਲਵਣ ਜੀ ਬੇਨਤੀ ਕਰਦੇ ਆ ਵੀ ਪਲੀਜ਼। ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਚੱਲ ਰਿਹਾ ਹੈ। ਆਓ ਕੈਲਮ ਪਿੰਡ ਦਾ ਰਵੀ ਕਹਿੰਦੇ ਪਹਿਲੇ ਸਾਲ ਹੀ ਆਇਆ ਹੈ ਤੇ ਪਹਿਲੇ ਸਾਲ ਹੀ ਮੁੰਡਾ ਚਰਚਾ ਦੇ ਵਿੱਚ ਹੈ ਤੇ ਪਹਿਲੇ ਸਾਲ ਹੀ ਬੱਲੇ ਬੱਲੇ ਕਰਵਾ ਰਿਹਾ ਹੈ। ਬਹੁਤ ਤਕੜੀਆਂ ਕਬੱਡੀਆਂ ਪਾ ਕੇ ਨੌਜਵਾਨ ਨੇ ਬੱਲੇ ਬੱਲੇ ਕਰਵਾਈ ਹੋਈ ਹੈ। ਆ ਇਹ ਇੰਦਰਜੀਤ ਬੰਨੀ ਸਮਾਣੀ ਖੁਰਦ ਪਿੰਡ ਵਾਲਾ, ਅੰਨੀ ਜਾਨ ਹੈ ਤੇ ਅੰਨਾ ਜ਼ੋਰ ਹੈ ਪਰ ਦੁਨੀਆਂ ਦੇ ਟੋਪਰ ਚਾਰ ਜਾਫੀਆਂ ਦੇ ਵਿੱਚੋਂ ਆ ਚਿੱਟੀ ਵਾਲੇ ਜੱਗੇ ਨੇ ਗੁੱਟ ਫੜ ਕੇ ਕੈਂਚੀ ਮਾਰੀ ਹੈ। ਲੱਗਿਆ ਹੋਇਆ ਜ਼ੋਰ ਦੋਨੋਂ ਖਿਡਾਰੀਆਂ ਦੇ ਦਰਮਿਆਨ ਪਰ ਇੰਦਰਜੀਤ ਬੰਨੀ ਕਹਿੰਦੇ ਜਾਨਦਾਰ ਤਰੀਕੇ ਨਾਲ ਬਹੁਤ ਸੋਹਣਾ ਪੈਂਟ ਜੁੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ। ਅਗਲੀ ਰੇਡ ਪਾਉਣ ਲਈ ਚਿੱਤਪਾਲ ਚਿੱਟੀ ਵਾਲਾ, ਆਹ ਮੁੰਡਾ ਚਿੱਟੀ ਪਿੰਡ ਦਾ ਚਿੱਤਪਾਲ, ਜਦੋਂ ਪਿਛਲੇ ਸਾਲ ਆਇਆ ਮੈਂ ਮੈਦਾਨਾਂ ਦੇ ਵਿੱਚ ਛਾਇਆ ਹੈ, ਐਨ ਗੱਲਾਂ ਟਿਕਾਣੇ ਲਾਈਆਂ। ਆਹ ਚਿੱਤਪਾਲ ਚਿੱਟੀ ਵਾਲਾ ਕਬੱਡੀ ਪਾ ਰਿਹਾ ਪਰ ਜਾਫੀ ਚਾਰ ਦੇ ਵਿੱਚੋਂ ਆਹ ਵੇਖਦੇ ਵੀ ਨੌਜਵਾਨ ਸੀਚੀਆਰ ਦੀ ਧਰਤੀ ਦਾ ਪਿੰਦੋ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਹਲਕਾ ਜਿਹਾ ਪੁਸ਼ ਕੀਤਾ ਪਰ ਧਾਵੀ ਨੇ ਵਧੀਆ ਪੈਣ ਜੋੜਿਆ। ਲੈ ਵੀ ਹੈਰੀ ਵੇਖ ਸਾਹਮਣੇ, ਆਹ ਨੌਜਵਾਨ ਕਹਿੰਦੇ ਨਿੱਕਾ ਨਦੋੜ ਵਾਲਾ ਇਹ ਅੱਜ ਹੀ ਫਲੈਟ ਉਤਰਿਆ ਤੇ ਪਹਿਲੇ ਮੈਚ ਤਕੜਾ ਖੇਡਿਆ ਤੇ ਹੁਣ ਵੇਖਦੇ ਵੀ ਕਿਹੋ ਜਿਹੀਆਂ ਗੱਲਾਂ ਕਰਦਾ ਹੈ। ਨੌਜਵਾਨ ਕਹਿੰਦੇ ਬੀਸੀ ਚ ਆਇਆ ਬਿੱਟੇ ਸੋਈ ਮਨਜੀਤ ਬਿਹਾਰੀ ਪਰ ਉਹਨਾਂ ਦੀ ਕਲੱਬ ਲਈ ਪਵਨ ਬਰਾੜ ਤੇ ਪ੍ਰਭ ਬਰਾੜ ਉਹਨਾਂ ਲਈ ਗੱਲਾਂ ਕਰਾਵੇਗਾ। ਨਿੱਕਾ ਨਦੋਰ ਕਬੱਡੀ ਪਾ ਰਿਹਾ, ਆਹ ਹਲਕਾ ਜਿਹਾ ਟੱਚ ਕਰਕੇ ਭੱਜਿਆ ਜਾਂਦਾ, ਤਕੜਾ ਪੈਂਟ ਜੁੜ ਗਿਆ। ਲਓ ਅਗਲੀ ਕਬੱਡੀ ਇੰਟਰਨੈਸ਼ਨਲ ਦੀ ਟੀਮ ਦੀ ਤਰਫੋਂ ਅਮਰਤਨਾਥ, ਇਸ ਵੇ ਸੀਹਾਂ ਦਾ ਪਿੰਡ ਹੈ ਇਸ ਨੌਜਵਾਨ ਖਿਡਾਰੀ ਦਾ ਕਿ ਜਿਹਦੇ ਹੋਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਈ ਹੈ ਅਮਰਤਨਾਥ ਸੀਹਾਂ ਦਾ ਉਹਦੀ ਆ। ਔਰ ਸਾਹਮਣੇ ਹੁਣ ਚਾਰਾਂ ਦੇ ਵਿੱਚੋਂ ਹੁਣ ਦੇਖਦਾ ਵੀ ਨੌਜਵਾਨ ਸੀਚੇ ਵਾਲੀ ਆ, ਵਾਹਿਗੁਰੂ ਪਾਲ ਸਿੰਘ ਨਾਮ ਹੈ ਪਰ ਪੁਆਇੰਟ ਇਸ ਗੱਭਰੂ ਦੇ ਹਿੱਸੇ ਜੁੜਦਾ ਹੋਇਆ ਇਸ ਨੌਜਵਾਨ ਖਿਡਾਰੀ ਦੇ ਹਿੱਸੇ ਇੱਕ ਅੰਕ ਦਾ ਵਾਧਾ ਹੈ। ਖੁਸ਼ਦੀਪ ਸਿੰਘ ਵੇਖ ਵੀ ਦੁਨੀਆ ਫੈਨ ਹੈ ਤੇਰੀ ਨੌਜਵਾਨ ਹੈ। ਔਰ ਸਾਹਮਣੇ ਵੇਖਦਾ ਵੀ ਹੁਣ ਅਵੈਸ ਕਿੰਗ ਜੱਟ ਲਾਉਂਦਾ ਜੱਫਾ ਜਾਂ ਮੋਹਿਤ ਡੀਂਗ ਦਾ ਜਾਂ ਫਿਰ ਦਿਆਲਪੁਰੀਆ, ਆ ਹੁੰਦੇ ਹੁੰਦੇ ਦੂਰ ਪਰ ਪੁਆਇੰਟ ਇਸ ਸਮੇਂ ਓਕੇਸੀ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ। ਮਾਰੋ ਤਾੜੀਆਂ ਵੀ ਕਬੱਡੀ ਦਾ ਮੱਚਦਾ ਅੰਗਿਆਰ ਕਬੱਡੀ ਪਾ ਰਿਹਾ। ਲਓ ਬੱਗੇ ਪਿੰਡ ਦਾ ਦੁੱਲਾ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਬੋਲਦਾ ਹੋਇਆ, ਧਾਵਾ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਨੌਜਵਾਨ ਖਿਡਾਰੀ ਦੀ ਬੇਨਤੀ ਫੈਡਰੇਸ਼ਨ ਦੇ ਵੱਲੋਂ ਵੀ ਸੈਮੀ ਫਾਈਨਲ ਲੜਦੀਆਂ ਟਾਈਆਂ ਪੈ ਰਹੀਆਂ। ਪਲੀਜ਼ ਜਿਹੜੇ ਵੀਰ ਦੇਖਣਾ ਚਾਹੁੰਦੇ ਆ ਟਾਈਆਂ ਦੇਖ ਲੈਣ ਬਾਈ ਜੀ, ਟਾਈਆਂ ਪੈ ਰਹੀਆਂ। ਸੋ ਬੇਨਤੀ ਹੈ ਲਓ ਸਾਹਮਣੇ ਦੁੱਲਾ ਆਪਣੀ ਲਓ ਸਾਜੀ ਸ਼ਕਰਪੁਰੀਆ, ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਸਵੇ ਅੱਗੇ ਨੂੰ ਵਾਧਾ ਹੋਇਆ। ਇੰਟਰਨੈਸ਼ਨਲ ਦੀ ਟੀਮ ਦੇ ਚਾਰ ਜਾਫੀਆਂ ਦੇ ਵਿੱਚੋਂ
ਹੁਣ ਵੇਖਦਾ ਵੀ ਓਵੈਸ ਕਿੰਗ ਜੱਟ ਲਾਉਂਦਾ ਜਫਾ ਲੈਂਦੇ ਪੰਜਾਬ ਦਾ ਫੈਸਲਾ ਵਾਦੀਆ ਜਾਂ ਦੂਸਰੇ ਪਾਸੇ ਖੁਸ਼ਦੀਪ ਦੁੱਗਾਂ ਵਾਲਾ ਜਾਂ ਮੋਹਿਤ ਡੀਂਗ ਹਰਿਆਣੇ ਵਾਲਾ ਦੁੱਗ 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 ਮੈਦਾਨ ਦੇ ਵਿੱਚ ਪ੍ਰਿੰਸ ਆਫ ਕਬੱਡੀ ਖੇਡ ਮੈਦਾਨ ਦੇ ਵਿੱਚ ਖਿਲਰੀਆਂ ਵਾਲੇ ਭੋਲੇ ਸਿੰਘ ਦਾ ਭਾਣਜਾ ਨਾ ਹੁਣ ਦੇਖਦਾ ਵੀ ਏ ਡੀ ਦੇ ਉੱਤੇ ਮੁਕਾਬਲਾ ਕਰਦਾ ਹੋਇਆ ਪਰ ਸ਼ਹਿਜਾਦ ਅਲੀ ਸ਼ਕਰਪੁਰੀਆ ਫਕੀਰ ਹੁਸੈਨ ਦਾ ਪੁੱਤ ਮੇਰੇ ਵੀਰੋ ਲਓ ਆਪਣੀ ਟੀਮ ਦੇ ਹਿੱਸੇ ਕੰਕ ਦਾ ਵਾਧਾ ਕਰਦਾ ਹੋਇਆ ਰਵੀ ਆ ਗਿਆ ਖੇਡ ਮੈਦਾਨ ਚ। ਉਧਰ ਕਹਿੰਦੇ ਟਾਈਟਨ ਟਰੱਕ ਰਿਪੇਅਰ ਵਾਲੇ ਸਾਡੇ ਵੀਰ ਸੋਨੂ ਗਰੇਵਾਲ ਤੇ ਈਸ਼ਰ ਸੱਧੂ ਉਹਨਾਂ ਨੇ ਲੱਕੀ ਡਰਾ ਵੀ ਕੱਢਿਆ ਜਿਹੜਾ ਇੱਕ ਪ੍ਰਾਈਜ਼ ਨਿਕਲਿਆ ਸਾਡੇ ਵੀਰ ਬਲੂਟੁੱਥ ਸਪੀਕਰ ਜਿਹੜਾ ਜਾ ਕੇ ਪ੍ਰਾਪਤ ਕਰ ਲੈਣ ਗੁਰਸੇਵਕ ਸਿੰਘ ਜੀ ਕੁਲਾਰ ਉਹ ਆਪਣਾ ਜਿਹੜਾ ਉਹ ਉੱਥੋਂ ਨਾਮ ਜਿੱਤਿਆ ਪ੍ਰਾਪਤ ਕਰ ਲੈਣਗੇ। ਆਹ ਕਲਨ ਪਿੰਡ ਦਾ ਰਵੀ ਕਬੱਡੀ ਪਾ ਰਿਹਾ ਪਰ ਡੱਗੋ ਰਵਾਣੇ ਦਾ ਸ਼ਰਨਾ ਉੱਠੋ ਹੀ ਸ਼ਰਨੇ ਆ ਉੱਠੋ ਹੀ ਗੱਭਰੂਆ ਵੇਖ ਤੇਰੇ ਪਾਲੇ ਦੀ ਸਰਹੱਦ ਪਾਰ ਕਰਕੇ ਕੈਲਨ ਪਿੰਡ ਦਾ ਰਵੀ ਜਿਹੜਾ ਬਹੁਤ ਵਧੀਆ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ। ਅਗਲੀ ਰੇਡ ਪਾਉਣ ਲਈ ਨਿੱਕਾ ਨਦੌਰ ਵਾਲਾ ਮੈਦਾਨ ਦੇ ਵਿੱਚ ਫਿਰ ਤਿਆਰ ਹੈ। ਆਹ ਚਾਰ ਜਾਫੀ ਜੱਗਾ ਚਿੱਟੀ ਵਾਲਾ ਹੈ ਨਾਲ ਮੋਹਿਤ ਡੀਂਗ ਪਿੰਡ ਵਾਲਾ ਅਵੈਸ ਕੰਗ ਵਰਗੇ ਕਿੰਗ ਵਰਗੇ ਔਰ ਨਾਲ ਕਹਿੰਦੇ ਸ਼ਾਕਾ ਦਿਆਲ ਪ੍ਰਿਆ ਹੈ। ਆਹ ਵੇਖਦੇ ਵੀ ਨਿੱਕਾ ਇੱਕ ਵਾਰ ਤਾੜੀਆਂ ਮਾਰ ਦਿਓ ਇਸ ਗੱਭਰੂ ਲਈ ਵੀ ਪਹਿਲੇ ਮੈਚ ਵੀ ਤਕੜਾ ਖੇਡਿਆ ਇਸ ਮੈਚ ਦੇ ਵਿੱਚ ਵੀ ਨੌਜਵਾਨ ਸੋਹਣੀਆਂ ਰੇਡਾਂ ਪਾ ਕੇ ਬੱਲੇ ਬੱਲੇ ਕਰਵਾ ਰਿਹਾ। ਆਹ ਚਿੱਤਪਾਲ ਚਿੱਟੀ ਪਿੰਡ ਵਾਲਾ ਰਤਨ ਸਿੰਘ ਰੱਤੀ ਦਾ ਪੁੱਤਰ ਐਨ ਮੁੰਡਾ ਚਰਚਾ ਦੇ ਵਿੱਚ ਆਇਆ ਹੋਇਆ ਕਿ ਸਾਡੇ ਚਰਚੇ ਹੁੰਦੇ ਰਹਿਣੇ ਹੈ ਤੇ ਕਿਸੇ ਨਹੀਂ ਮੁੱਕਣੇ ਜਿਹੜੇ ਜੱਟ ਨੇ ਰਿਕਾਰਡ ਬਣਾਤੇ ਉਹ ਨਹੀਂ ਕਿਸੇ ਤੋਂ ਟੁੱਟਣੇ। ਆਹ ਵੇਖਦੇ ਵੀ ਅੰਦਰ ਤਲਵੰਡੀ ਵਾਲਾ ਇੱਕ ਜ਼ੋਰ ਦੇ ਨਾਲ ਆਹ ਬੱਲੇ ਬੱਲੇ ਕਰਾਓ ਕਿ ਨਹੀਂ ਆਹ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ। ਚਿੱਤਪਾਲ ਚਿੱਟੀ ਵਾਲਾ ਸਿਰੇ ਦਾ ਪੈਣ ਜੁੜਨ ਦੇ ਵਿੱਚ ਕਾਮਯਾਬ ਹੋ ਗਿਆ। ਅਗਲੀ ਰੇਡ ਪਾਉਣ ਲਈ ਨੌਜਵਾਨ ਪਿਸਟਲ ਭਿੰਡਰਾਂ ਵਾਲਾ ਮੈਦਾਨ ਦੇ ਵਿੱਚ ਤਿਆਰ ਹੈ। ਇਹ ਆ ਵਰਿੰਦਰ ਪਿਸਟਲ ਭਿੰਡਰਾਂ ਵਾਲਾ ਲਓ ਕੇ ਜੀ ਨੇ ਹੁਣ ਕਬੱਡੀ ਪਾਈ ਆ ਮੇਰੇ ਵੀਰੋ ਲਓ ਸਾਹਮਣੇ ਵੇਖਦੇ ਬੱਬੂ ਦੀ ਗੱਲ ਹੋਈ ਪਰ ਦੂਸਰੇ ਪਾਸੇ ਵੇਖਦਾ ਵੀ ਹੁਣ ਕਬੱਡੀ ਦਾ ਕਿ ਉਹ ਚੱਲ ਮਾ ਕੱਦ ਬੜੀ ਇਹਦੇ ਵਿੱਚ ਜਾਨ ਬਈ ਰੋਕ ਦੇਵੇ ਧਾਵੀ ਜਿਵੇਂ ਰੋਕੇ ਹਮਾਲਿਆ ਤੂਫਾਨ ਆਹ ਖੇਡ ਮੈਦਾਨ ਦੇ ਵਿੱਚ ਵਰਿੰਦਰ ਪਿਸਟਲ ਭਿੰਡਰਾਂ ਵਾਲਾ ਆਪਣੀ ਟੀਮ ਦੇ ਹਿੱਸੇ ਕੰਕ ਦਾ ਵਾਧਾ ਕਰਦਾ ਹੋਇਆ ਓਕੇਸੀ ਦੀ ਟੀਮ ਦੇ ਹਿੱਸੇ ਅਮਰਤਨਾਥ ਸੀਹਾਂ ਦੌਦੀਆ ਨਾਥ ਦਾ ਪੁੱਤ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਜਿੱਥੋਂ ਦੇ ਦੇਵ ਦੀ ਜਿੱਥੋਂ ਦੇ ਮਹਿਲੀ ਦੀਆਂ ਗੱਲਾਂ ਹੋਈਆਂ ਮੇਰੇ ਵੀਰੋ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਔਰ ਦੂਸਰੇ ਪਾਸੇ ਪਿੰਦੂ ਸੀਤੇ ਵਾਲੀ ਆ ਤੇ ਪੁਆਇੰਟ ਅਮਰਤਨਾਥ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇਸ ਵੇ ਪੁਆਇੰਟ ਗੱਭਰੂ ਦੇ ਹਿੱਸੇ ਸਾਜੀ ਸ਼ਕਰਪੁਰੀ ਆ ਫਿਰ ਕਬੱਡੀ ਪਾਉਣ ਦੇ ਲਈ ਇੰਟਰਨੈਸ਼ਨਲ ਦੀ ਟੀਮ ਦਾ ਹੁਣ ਵੇਖਦਾ ਵੀ ਕੌਣ ਜਾਫੀ ਲਾਉਂਦਾ ਜਫਾ ਮੋਹਿਤ ਡੀਂਗ ਵਾਲਿਆ ਕਿ ਹਰਿਆਣੇ ਵਿੱਚ ਬੜੇ ਚਰਚੇ ਆ ਤੇਰੀ ਖੇਡ ਦੇ ਲਾ ਹੁਣ ਦੇਖਦਾ ਵੀ ਅਵੈਸ ਕਿੰਗ ਜੱਟ ਆਹ ਵੇਖੋ ਲੈਂਦੇ ਪੰਜਾਬ ਦਾ ਕਿ ਪੰਜਾਬ ਵੀ ਮੇਰਾ ਏ ਉਹ ਪੰਜਾਬ ਵੀ ਮੇਰਾ ਏ ਹੱਦਾਂ ਤੋੜ ਦਿਓ ਸਰਹੱਦਾਂ ਤੋੜ ਦਿਓ ਲਓ ਵੇਖੋ ਮਾਰੋ ਤਾੜੀਆਂ ਲੈਂਦੇ ਪੰਜਾਬ ਦਾ ਮਿੱਠੂ ਹੋਰਾਂ ਦਾ ਚਹੇਤਾ ਇਸ ਸਮੇਂ ਲਾ ਜਫਾ ਅਵੈਸ ਕਿੰਗ ਜੱਟ ਆਪਣੀ ਟੀਮ ਦੇ ਹਿੱਸੇ ਕੰਗ ਦਾ ਵਾਧਾ ਕਰਦਾ ਹੋਇਆ ਦੁੱਲਾ ਦੁੱਲਾ ਖੇਡ ਮੈਦਾਨ ਚ ਕਬੱਡੀ ਪਾਉਂਦਾ ਹੋਇਆ ਤਜਰਬਾ ਬੜਾ ਹੈ ਡੱਗੂ ਵਾਲਾ ਸ਼ਰਨਾ ਤਿਆਰ ਹੈ ਨਾਲ ਸੀਚੇ ਵਾਲੀ ਆ ਵਾਹਿਗੁਰੂ ਨਾਲ ਇੰਦਰ ਤਲਵੰਡੀ ਦਾ ਔਰ ਨਾਲ ਵਾਹਿਗੁਰੂ ਇਹ ਖੇਡ ਮੈਦਾਨ ਦੇ ਵਿੱਚ ਪਿੰਦੂ ਪਈ ਹੋਈ ਕਬੱਡੀ ਸਵੇ ਦੁੱਲੇ ਦੀ ਸਾਹਮਣੇ ਚਾਰਾਂ ਵਿੱਚੋਂ ਬਾਬੀ ਵਾ ਔਰ ਪੈਰ ਉਖੜ ਦੇ ਤੇ ਦੁੱਲਾ ਕਿ ਹੋ ਦੁੱਲਾ ਦੁੱਲਾ ਨਾਰੇ ਨੀ ਲੈ ਵੀ ਸਰਜੀਤ ਸਿਆ ਤੇਰੇ ਏਰੀਏ ਦਾ ਖਿਡਾਰੀ ਆ ਗਿਆ ਮੁੰਡਾ ਕਹਿੰਦੇ ਇੰਦਰਜੀਤ ਬੰਨੀ ਅਗਲੀ ਰੇਡ ਪਾਉਣ ਲਈ ਮੈਦਾਨ ਦੇ ਵਿੱਚ ਫਿਰ ਤਿਆਰ ਹੈ ਪਰ ਮਾਂਝਾ ਜੁੱਸਾ ਤੇ ਗੱਜ ਚੌੜੀ ਛਾਤੀ ਹੈ ਕਿ ਚੱਕੀਆਂ ਦੇ ਪੁੜਾਂ ਵਰਗੀਆਂ ਹਿੱਕਾਂ ਜਿਗਰੇ ਗਾਡਰ ਨੇ ਆ ਜੂਝ ਜੂਝ ਕੇ ਹੰਧਿਆਂ ਦਾ ਟੱਚ ਕਰਦੇ ਬਾਡਰ ਨੇ ਕਿ ਦੇਵੀ ਦਿਆਲ ਪ੍ਰੀਤਾ ਘੁੱਗਾ ਸ਼ੰਕਰ ਪਿੰਡ ਦਾ ਸੀ
ਕਿ ਬੂੜਾ ਤੋਖੀ ਦੇ ਵੱਟਾ ਵੀ ਪੂਰੀ ਹਿੰਡਦਾ ਸੀ। ਪਹਿਲੇ ਸਮਿਆਂ 'ਚ ਨਾ ਆਉਂਦੇ ਨਾ ਸਟਾਰਾਂ ਦੇ ਕਿ ਖੇਡਣ ਜੋਰਾਂ ਨਾਲ ਕਬੱਡੀ, ਪੁੱਤ ਸਰਦਾਰਾਂ ਦੇ ਲੋਕੋ ਖੇਡਣ ਜੋਰਾਂ ਨਾਲ ਕਬੱਡੀ। ਮਿਸਟਰ ਸਿੰਘ ਪੀਜਾ ਚੇਚੇ ਤੌਰ 'ਤੇ ਸਾਡੇ ਦਰਮਿਆਨ ਪੁੱਜੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮਿਸਟਰ ਸਿੰਘ ਪੀਜੇ ਦਾ ਅੱਜ ਦੇ ਕੱਪ ਲਈ ਬਹੁਤ ਵੱਡਾ ਯੋਗਦਾਨ ਹੈ। ਏ ਆਰ ਐਂਡ ਓਸ਼ਨਲੈਂਡ ਦੇ ਧੀਰੇ ਸੰਧੂ ਅਤੇ ਸ਼ਿੰਦੇ ਸੰਧੂ ਦਾ ਕਹਿੰਦੇ ਪਹਿਲਾ ਪ੍ਰਾਈਜ਼ ਜਿਹੜਾ ਹੈ ਅੱਜ ਦੇ ਕੱਪ ਲਈ ਦਿੱਤਾ ਜਾ ਰਿਹਾ ਹੈ। ਬਹੁਤ ਵੱਡਾ ਧੰਨਵਾਦ ਹੈ, ਬਹੁਤ ਵੱਡਾ ਧੰਨਵਾਦ ਹੈ ਸਾਡੇ ਜਿੱਥੇ ਟੰਟੋ ਟੱਕ ਟਾਇਰ ਸੈਂਟਰ ਦੇ ਡਰਾਈਵਿੰਗ ਦੇ ਸਰਦਾਰ ਦਲਜੀਤ ਸਿੰਘ ਜੀ ਸੋਤਾ, ਜਿਹਨਾਂ ਵੱਲੋਂ ਸੈਕਿੰਡ ਪ੍ਰਾਈਜ਼ ਸਪੋਂਸਰ ਕੀਤਾ ਗਿਆ ਹੈ। ਕਬੱਡੀ ਦਾ ਚੋਟੀ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ। ਆਹ ਨਦੌੜ ਵਾਲਾ ਨਿੱਕਾ ਇਸ ਵੇ ਕਬੱਡੀ ਪਾ ਰਿਹਾ ਅਤੇ ਜਾਫੀ ਚਾਰ ਸਾਹਮਣੇ ਨੌਜਵਾਨ ਕਹਿੰਦੇ ਵੀ ਨਾਲ ਦੀ ਨਾਲ ਦੱਸ ਰਿਹਾ ਵੀ ਟੱਚ ਨਹੀਂ ਹੋਇਆ। ਆਹ ਨਿੱਕਾ ਨਦੌੜ ਵਾਲਾ ਰੇਡ ਪਾ ਰਿਹਾ ਪਰ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਖਿਡਾਰੀ, ਆਹ ਵੇਖਦਾ ਵੀ ਮੋਹਿਤ ਡੀਂਗ ਪਿੰਡ ਵਾਲਾ ਇੱਕ ਜ਼ੋਰ ਦੇ ਨਾਲ ਜਫਾ ਲਾਉਣ ਦੀ ਟਰਾਈ ਕਰਦਾ ਹੈ। ਆਹ ਲੱਗਿਆ ਹੋਇਆ ਜ਼ੋਰ ਹੈ, ਕਬੱਡੀ ਕਬੱਡੀ ਦਾ ਲਾਭ ਛਿੜਿਆ ਹੋਇਆ ਹੈ। ਮੁਕਾਬਲਾ ਐਨ ਜਿਵੇਂ ਕਹਿੰਦੇ ਵੀ ਕਬੱਡੀ 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 ਕਬੱਡੀ, ਆਹ ਬੱਲੇ 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 ਬੱਲੇ, ਬਾਈ ਤਾਰੀਆਂ ਜ਼ੋਰਦਾਰ, ਐਡਾ ਤਕੜਾ ਬੈਂਡ ਲੈਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਅਗਲੇ ਜਿਹੜੇ ਸੈਮੀ ਫਾਈਨਲ ਦੀਆਂ ਟਾਈਆਂ ਪੈ ਚੁੱਕੀਆਂ ਨੇ, ਨੈਕਸਟ ਜਿਹੜਾ ਮੈਚ ਹੋਣਾ ਉਹ ਮੈਟਰੋ ਪੰਜਾਬੀ ਵਰਸੀ ਟਰਾਂਟੋ ਪੰਜਾਬੀ, ਤੇ ਇਹਦੇ ਵਿੱਚ ਉਹ ਜਿੱਤਣ ਵਾਲੀ ਟੀਮ ਉਹ GTA ਦੇ ਨਾਲ ਖੇਡੇਗੀ, ਇਹ ਨੋਟ ਕਰ ਲੈਣ। ਉੱਥੇ ਹੀ ਟਾਈਟਨ ਟਰੱਕ ਵੱਲੋਂ ਜਿਹੜੇ ਲੱਕੀ ਡਰਾ ਕੱਢੇ ਗਏ ਨੇ ਬਲੂਟੁੱਥ ਸਪੀਕਰ ਦੇ, ਜੋ ਕਿ ਵਿਨਰ ਨੇ ਗੁਰਸੇਵਕ ਸਿੰਘ ਕਲਾਰ, ਉਹ ਪ੍ਰਾਪਤ ਕਰ ਲੈਣਗੇ। ਆਓ ਵੇਖੋ ਕੀ ਬਣ ਗਿਆ, ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਜੱਫਾ। ਇਹ ਆ ਵਾਹਿਗੁਰੂ ਸੀਚੇ ਵਾਲੀ ਆ, ਇਸ ਵੇ ਆਪਣੀ ਟੀਮ ਦੇ ਹਿੱਸੇ ਕੰਗ ਦਾ ਵਾਧਾ ਕਰਦਾ ਹੋਇਆ। ਲੈ ਵੀ ਗੱਭਰੂਆ ਪਾ ਫਿਰ ਕਬੱਡੀ, ਹੁਣ ਵੇਖ ਮੈਚ ਕਹਿੰਦੇ ਵੀ ਪੂਰਾ ਜ਼ੋਰ ਫੁਰਤੀ ਦੇ ਨਾਲ ਸ਼ੁਰੂ ਹੋਇਆ। ਪਈ ਹੋਈ ਕਬੱਡੀ ਸਨਾਜੋਂ ਦੀ ਦਿਆਲਪੁਰੀਆ ਛਾਕਾ ਜਾਂ ਖੁਸ਼ਦੀਪ, ਔਰ ਕਬੱਡੀ ਦਾ ਗੋਲਡਨ ਬੋਏ ਜੱਗਾ, ਔਰ ਪੁਆਇੰਟ ਇਸ ਵੇ OKC ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਸੀਹਾਂ ਦਾ ਉਹਦੀ ਨਾਥ ਨੇ ਹੁਣ ਕਬੱਡੀ ਪਾ ਦਿੱਤੀ ਹੈ। ਲਓ ਪੈਰਾਂ 'ਚ ਭੁਚਾਲ, ਫੁਰਤੀ, ਚੁਸਤੀ, ਲਓ ਸਾਹਮਣੇ ਪਈ ਹੋਈ ਕਬੱਡੀ ਦੇ ਉੱਤੇ ਸ਼ਰਨਾ ਡੱਗੂ ਵਾਲਾ, ਪਰ ਪੁਆਇੰਟ ਇੰਟਰਨੈਸ਼ਨਲ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਨਿਊ ਮਿਲੇਨੀਅਮ ਟਾਇਰ ਦੇ ਕਹਿੰਦੇ ਇੰਦਰਜੀਤ ਧੋਗਾ, ਬੀਰਪਾਲ ਧੋਗੇ ਤੇ ਕਾਲੇ ਧੋਗੇ ਦਾ ਵੀ ਅੱਜ ਦੇ ਕੱਪ ਲਈ ਬਹੁਤ ਵੱਡਾ ਯੋਗਦਾਨ ਹੈ। ਆਟੋ ਵਾਹਨ ਦੇ ਰਵਿੰਦਰ ਵਾਸੀ ਤੇ ਸੁੱਕੇ ਵਾਸੀ ਦਾ, ਏਅਰ ਐਂਡ ਓਸ਼ਨ ਦੇ ਲੈਣ ਦੇ ਧੀਰਾ ਸੰਧੂ ਤੇ ਸ਼ਿੰਦਾ ਸੰਧੂ ਜੀ, ਮਿੱਠੂ ਜੱਟ ਦਾ, ਕਿੰਗ ਟੋਇੰਗ ਦੇ ਸੁੱਖੇ ਢੇਸੀ ਦੇ, ਸ਼ਨੀ ਢੇਸੀ ਦਾ ਉਹ ਫੜਿਆ ਹੋਇਆ ਪੱਟ, ਕਹਿੰਦੇ ਅਵੀਸ ਕਿੰਗ ਇਸ ਵੇ ਪਹਿਲੇ ਵੀ ਤਕੜਾ ਜੱਫਾ ਲਾ ਗਿਆ, ਜੇ ਹੁਣ ਦੂਜਾ ਜੱਫਾ ਲਾ ਗਿਆ ਤੇ ਰਿਕਾਰਡ ਬਣਾ ਜੂ ਮੁੰਡਾ। ਮੁੰਡਾ ਕਹਿੰਦੇ ਲਹਿੰਦੇ ਪੰਜਾਬ ਦਾ, ਆਹ ਤਾੜੀਆਂ ਮਾਰ ਦਿਓ ਗੱਭਰੂ ਲਈ, ਲਗਾਤਾਰ ਦੋ ਜੱਫੇ ਲਾਏ, ਉਹ ਵੀ ਇਸੇ ਖਿਡਾਰੀ ਨੂੰ ਐਨ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰ ਦਿੱਤੀ ਹੈ। ਤੇ ਨਾਲ ਦੀ ਨਾਲ ਮਨਜੀਤ ਘੋਤਰੇ ਉਹਨਾਂ ਦਾ, ਸੋਮਲ ਟਰੈਕਿੰਗ ਦੇ ਗੁਰਵਿੰਦਰ ਸੋਮਲ ਦਾ, ਉਧਰ ਸਾਡੇ ਬੱਲਾ ਸਿੰਘ ਤੇ ਬੱਬਲ ਸੰਗਰੂਰ ਦਾ, ਤੇ ਮਨਵੀਰ ਔਜਲੇ ਦਾ, ਗੁਰਮੀਤ ਬਟਾੜੂ ਦਾ ਤੇ ਮਨਜੀਤ ਧੂਰਕੋਟ ਉਹਨਾਂ ਦਾ, ਕਹਿੰਦੇ BC ਤੋਂ ਇਸ ਟੀਮ ਦੇ ਲਈ ਵੱਡਾ ਯੋਗਦਾਨ ਹੈ। ਆਹ ਕੈਲਮ ਪਿੰਡ ਵਾਲਾ ਰਵੀ ਕਬੱਡੀ ਪਾ ਰਿਹਾ, ਪਰ ਜਾਫੀ ਚਾਰ ਸਾਹਮਣੇ, ਇਹ ਆ ਨੌਜਵਾਨ ਪਿੰਦੂ ਸੀਚੀ ਵਾਲੀ ਆ, ਵਧੀਆ ਟਰਾਈ ਕੀਤੀ ਹੈ, ਪਰ ਕੈਲਮ ਦਾ ਰਵੀ ਬਹੁਤ ਤਕੜਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ। ਕਿ ਕਬੱਡੀ ਨਾਲ ਪੰਜਾਬੀਆਂ ਨੂੰ ਇਸ਼ਕ ਡਾਢਾ, ਜਿਵੇਂ ਮੱਖਣ ਮੱਕੀ ਦੀ ਰੋਟੀ ਨਾਲ ਸਾਗ ਦਾ, ਇਹ ਪੰਜ ਦਰਿਆਵਾਂ ਦੀ ਗੋਦ 'ਚ ਖੇਡ ਜਨਮੀ ਪੰਜਾਬੀ ਪੁੱਤਾਂ ਵਾਂਗੂ ਇਹਨੂੰ ਪਾਲਦਾ ਏ, ਜਿੱਥੇ ਜਾ ਬੈਗੇ ਉੱਥੇ ਨਾਲ ਲੈ ਗਏ। ਆਹ ਗਿੱਧਾ ਭੰਗੜਾ ਸ਼ੌਕ ਕਮਾਲਦਾ ਏ, ਪਰ ਵੇਖਦੇ ਵੀ ਛਾਕਾ ਦੇ ਆਲ ਪਰੀ ਆ, ਆਹ ਛਾਕਾ ਤੇ ਬੰਨੀ, ਛਾਕਾ ਤੇ ਬੰਨੀ, ਛਾਕਾ ਤੇ ਬੰਨੀ, ਮੁੰਡਾ ਲਾਹ ਲਾ ਸਿੱਟਦਾ ਹੈ, ਮੁੰਡਾ ਲਾਹ ਲਾ ਸਿੱਟਦਾ ਹੈ। ਬਹੁਤ ਹੀ ਸ਼ਾਨਦਾਰ ਮੈਚ ਦੋਨੇ ਟੀਮਾਂ ਦਾ ਖੇਡਿਆ ਜਾ ਰਿਹਾ ਹੈ। ਕਿ ਟੌਰ ਪੰਜਾਬ ਦਾ ਠਾਠਾ ਪਿਆ ਮਾਰਿਆ ਕੁਲਵਿੰਦਰ ਸਿੰਘ ਬਿਣਗ ਭਾਣੂਕੇ ਵਾਲੀ ਦੀਆਂ, ਵਾਕਈ ਉਹ ਲਿਖੀਆਂ ਹੋਈਆਂ ਗੱਲਾਂ। ਅੱਜ ਕਹਿੰਦੇ ਪੰਜਾਬ ਦੀ ਜਵਾਨੀ
ਔਰ ਜਿੱਧਰ ਮਰਜ਼ੀ ਦੇਖ ਲਓ ਰੌਣਕਾਂ ਚਾਰੇ ਪਾਸੇ ਔਰ ਪਈ ਸੀ ਕਬੱਡੀ ਨਾਥ ਐ ਸਮੇਂ ਕਿ ਪਤਲਾ ਜਿਹਾ ਬਦਨ ਮੁੰਡੇ ਦਾ ਰਬੜ ਵਾਂਗ ਲਚਕੀਲਾ ਹੈ ਔਰ ਦੂਸਰੇ ਪਾਸੇ ਆਓ ਸੀਚੇ ਵਾਲੀਆ ਸੀਚੇ ਵਾਲੀਆ ਟਰਾਈ ਕਰਦਾ ਤੇ ਪਰ ਪੁਆਇੰਟ ਇਸ ਗੱਭਰੂ ਦੇ ਹਿੱਸੇ ਜੁੜਦਾ ਹੋਇਆ ਇੰਟਰਨੈਸ਼ਨਲ ਦੀ ਟੀਮ ਦੇ ਹਿੱਸੇ ਕੰਕ ਦਾ ਵਾਧਾ ਹੋ ਚੱਲਿਆ। ਅਗਲਾ ਮੈਚ ਮੈਟਰੋ ਵਰਸਿਸ ਟੋਰਾਂਟੋ ਪੰਜਾਬੀ ਜੋ ਕਿ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ ਔਰ ਜਿੱਤਣ ਵਾਲੀ ਟੀਮ ਦਾ ਜਿਹੜਾ ਮੈਚ ਉਹ ਜੀ ਟੀ ਦੇ ਨਾਲ ਹੋਵੇਗਾ। ਲਓ ਸਾਹਮਣੇ ਪਈ ਸੀ ਕਬੱਡੀ ਔਰ ਚਾਰ ਜਾਫੀਆਂ ਦੇ ਵਿੱਚੋਂ ਹੁਣ ਵੇਖਦਾ ਵੀ ਕੌਣ ਇਸ ਸਮੇਂ ਕੌਣ ਖੁਸ਼ਦੀਪ ਸਿੰਘ ਦੁੱਗਾ ਵਾਲਾ ਲਾ ਹੁਣ ਵੇਖਦਾ ਵੀ ਨਿਰਮਲ ਸਿੰਘ ਦਾ ਪੁੱਤ ਨਜ਼ਾਰਾ ਵੱਖਰਾ ਹੈ ਨਜ਼ਾਰਾ ਵੱਖਰਾ ਤੇ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜ ਗਿਆ। ਆ ਗਿਆ ਚਿੱਤਪਾਲ ਸਿੰਘ ਚਿੱਟੀ ਵਾਲਾ ਲਾਓ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਦਰਸ਼ਕ ਪੁੱਜੇ ਸਾਰਿਆਂ ਦਾ ਧੰਨਵਾਦ ਕਰਦੀ ਹੈ ਮੈਟਰੋ ਪੰਜਾਬੀ ਸਪੋਰਟਸ ਕਲੱਬ। ਲਓ ਦੇਖੋ ਸਾਹਮਣੇ ਵੀ ਪਈ ਹੋਈ ਕਬੱਡੀ ਡੱਗੂ ਵਾਲਾ ਛਰਨਾ ਤਿਆਰ ਤੇ ਦੂਸਰੇ ਪਾਸੇ ਵਾਹਿਗੁਰੂ 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 ਪਾਲ ਸਿੰਘ ਸੀਚੇ ਵਾਲੀਆ ਮੈਨੂੰ ਲੱਗਦਾ ਵੀ ਹੁਣ ਲਾਉਂਦਾ ਜੱਫਾ ਕਰਦਾ ਹੰਦੇ ਦੂਰ 30 ਸਕਿੰਟ ਦਾ ਬੀਤਦਾ ਹੋਇਆ ਸਮਾਂ ਤੇ ਪੁਆਇੰਟ ਫਿਰ ਵੇਖਦੇ ਆਓ ਵੱਜਦੇ ਪੰਪ ਤੇ ਪੁਆਇੰਟ। ਇਸ ਮੈਚ ਤੋਂ ਫੌਰਨ ਵੱਜਿਆ ਅੰਡਰ 21 ਦਾ ਮੈਚ ਹੈ ਜੋ ਕਿ ਮੈਟਰੋ ਪੰਜਾਬੀ ਸਪੋਰਟਸ ਤੇ ਓਨਟਾਰੀਓ ਕਬੱਡੀ ਕਲੱਬ OKC ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਇਹ ਟੀਮਾਂ ਜਿਹੜੀਆਂ ਅੰਡਰ 21 ਦੀਆਂ ਤਿਆਰੀ 'ਚ ਰਹਿਣਗੀਆਂ। ਆਹ ਵੇਖਦੇ ਵੀ ਸ਼ਹਿਯਾਦ ਅਲੀ ਇਸ ਸਮੇਂ ਫਰਿਆਦ ਦਾ ਵੀਰ ਆਹ ਮਲੂਕ ਦਾ ਵੀਰ ਰੇਡ ਪਾ ਰਿਹਾ ਤੇ ਜਾਫੀ ਚਾਰ ਸਾਹਮਣੇ ਤਿਆਰੀ ਦੇ ਵਿੱਚ ਹੈ। ਆਹ ਵੇਖਦੇ ਵੀ ਮੈਂਟ ਲੀਵ ਤੋਂ ਸਾਡੇ ਵੀਰ ਦੀਪ ਗਰਗ ਜੀ ਉਚੇਚੇ ਤੌਰ ਤੇ ਪੁੱਜੇ ਹੈ। ਉਹਨਾਂ ਨੂੰ ਇੱਥੇ ਪਹੁੰਚਣ ਦੇ GN ਆਖਦੇ ਹੈ ਔਰ ਰਵੀ ਕਲਮ ਰੇਡ ਪਾਉਣ ਲਈ ਤਿਆਰ ਹੈ। ਉਧਰ ਸੰਧੂ ਭਰਾ ਸਾਡੇ ਸਮੋਸਾ ਸਵੀਟ ਐਂਡ ਫੈਕਟਰੀ ਤੋਂ ਉਹ ਵੀ ਸਾਡੇ ਦਰਮਿਆਨ ਪੁੱਜ ਗਿਆ। GN ਨੂੰ ਆਖਿਆ ਜਾਂਦਾ ਹੈ ਸਟਾਰ ਗੇਟ ਲੌਜਿਸਟਿਕ ਦੇ ਲਾਡਾ ਸੋਤੇ ਦਾ ਵੀ ਕਹਿੰਦੇ ਅੱਜ ਦੇ ਇਸ ਕੱਪ ਲਈ ਹੈਪੀ ਸੋਤੇ ਤੇ ਮੱਖਣ ਸੋਤੇ ਦਾ ਵੱਡਾ ਯੋਗਦਾਨ ਹੈ। ਔਰ ਰਵੀ ਕੈਲਮ ਪਿੰਡ ਵਾਲਾ ਰੇਡ ਪਾ ਰਿਹਾ ਪਰ ਵੇਖਦੇ ਵੀ ਵਿਚਕਾਰ ਤੋਂ ਵਧੀਆ ਟਰਾਈ ਕੀਤੀ ਹੋਈ ਹੈ ਤੇ ਥਿਆੜਾ ਸੁਪਰ ਮਾਰਕੀਟ ਦੇ ਬਿੱਲਾ ਥਿਆੜਾ ਤੇ ਰਾਣਾ ਥਿਆੜਾ ਟਾਪ ਆਟੋ ਐਂਡ 24/7 ਦੇ ਗੁਰਦੇਵ ਤਿੰਦ ਪਰਮਜੀਤ ਜੱਜ ਤੇ ਪਾਲ ਜੱਜ ਸਟਾਰ ਔਰੇਂਜ ਦੇ ਸ਼ੇਰਾ ਮੰਡੇਰ ਤੇ ਸੁੱਖਾ ਮੰਡੇਰ ਬਿਗਰੇ ਦੇ ਗੁਰਪ੍ਰੀਤ ਢੇਸੀ ਪਿੰਦਾ ਤੂਰ ਟੀ ਡਰ ਦੇ ਮਨਪ੍ਰੀਤ ਢੇਸੀ ਸਰਦਾਰ ਮੋਹਨ ਸਿੰਘ ਢੇਸੀ ਕਹਿੰਦੇ ਅੱਜ ਇੰਗਲੈਂਡ 'ਚ ਬੈਠੇ ਮੈਚਾਂ ਦਾ ਆਨੰਦ ਮਾਣਦੇ ਹੈ। ਪਰ ਨੌਜਵਾਨ ਵਰਿੰਦਰ ਪਿਸਲ ਭਿੰਡਰਾਂ ਵਾਲਾ ਕਬੱਡੀ ਪਾ ਰਿਹਾ ਚਿੱਟੀ ਵਾਲੇ ਜੱਗੇ ਦੇ ਨਾਲ ਖੜਕਾ ਦੜਕਾ ਆਹ ਟੱਕਰ ਸਿਰੇ ਦੀ ਆਹ ਟੱਕਰ ਵੀ ਸਿਰੇ ਦੀ ਵਰਿੰਦਰ ਪਰ ਜੱਗਾ ਆਹ ਜੱਗਾ ਤੇ ਵਰਿੰਦਰ ਉਖੜੇ ਪੈਰ ਲੱਗਿਆ ਹੋਇਆ ਜ਼ੋਰ ਆਹ ਭਰਿਆ ਹੋਇਆ ਕਲਾਵਾ ਦੇਖਦੇ ਵੀ ਸਾਹਮਣੇ ਜੱਗਾ ਚਿੱਟੀ ਵਾਲਾ ਵਧੀਆ ਜੱਫਾ ਲਾ ਗਿਆ ਹੈ। ਤੀਰਥ ਦਿਓਲ ਦਾ ਡ੍ਰੀਮ ਬਿਗ ਦੇ ਮਨੂ ਸਰਾਏ ਕਮਲਜੀਤ ਅਮਰਜੀਤ ਥਿਆੜੇ ਦਾ ਤਲਵਿੰਦਰ ਥਿਆੜੇ ਦਾ ਭਾਈ ਗਾਖਰ ਦਾ ਤੇ ਨਿਊ ਵੈਸਟ ਦੇ ਸੁਰਜੀਤ ਦਾ ਤੇ ਨਾਲ ਬੀਰੇ ਉੱਪਲ ਦਾ ਤੇ ਨਾਲ ਸਾਡੇ ਆਰਬੋਰ ਇੰਸ਼ੋਰੈਂਸ ਦਾ ਦਾਰੇ ਨਾਗਰੇ ਦਾ ਅੱਬਲ ਟੈਕਨੋਲੋਜੀ ਦਾ ਤੇ ਨਾਲ ਸਾਡੇ BVD ਪੈਟਰੋਲੀਅਮ ਦਾ ਵੱਡਾ ਯੋਗਦਾਨ ਹੈ। ਲੈਵੀ ਹੈਰੀ ਔਰ ਨਿੱਕਾ ਮੁੰਡਾ ਆ ਗਿਆ ਕਰਦੇ ਸਿਫਤ ਗੱਭਰੂ ਦੀ ਨੇਕਾ ਨਦੂੜ ਵਾਲਾ ਖੇਡ ਮੈਦਾਨ ਦੇ ਵਿੱਚ ਪਹਿਲੇ ਸਾਲ ਆਇਆ ਔਰ ਇਸ ਨੌਜਵਾਨ ਨੇ ਬੜੀਆਂ ਸੋਹਣੀਆਂ ਕਬੱਡੀਆਂ ਪਾਈਆਂ ਨੇ। ਲਾ ਹੁਣ ਵੇਖਦਾ ਵੀ ਕੌਣ ਇਸ ਸਮੇਂ ਖੁਸ਼ਦੀਪ ਸਿੰਘ ਇਸ ਸਮੇਂ ਵੇਖਦਾ ਵੀ ਲੈ ਵੀ ਜੱਲੋ ਵਾਲੀ ਆ ਆਹ ਵੇਖ ਲਾ ਵੀ ਫੇਵਰੇਟ ਖਿਡਾਰੀਆਂ ਦੇ ਵਿੱਚ ਨਾਮ ਹੈ ਇੱਕ ਪਾਸੇ ਕਹਿੰਦੇ ਚੜ੍ਹਦੀ ਜਵਾਨੀ ਦੂਜੇ ਪਾਸੇ ਆਹ ਤਜਰਬਾ ਖੇਡ ਕਬੱਡੀ ਦਾ ਏ ਆਹ ਮੇਰਿਆ ਰੱਬਾ ਮਾਰ ਦਿਓ ਤਾੜੀਆਂ ਇਸ ਸਮੇਂ ਦੁੱਗਾ ਵਾਲਾ ਆਓ ਦੁੱਗਾ ਵਾਲਾ ਜੱਟ ਵੱਲੀਏ ਦੁੱਗਾ ਵਾਲਾ ਜੱਟ ਵੱਲੀਏ
$200 ਨਿਊ ਮਿਲੇਨੀਅਮ ਟਾਇਰ ਸੈਂਟਰ ਦੇ ਇੰਦਰਜੀਤ ਸਿੰਘ ਜੀ ਧੋਗਾ, ਵੀਰਪਾਲ ਧੋਗਾ ਤੇ ਕਾਲੇ ਧੋਗੇ ਉਹਨਾਂ ਵੱਲੋਂ $200 ਧੋਗਾ ਵਾਲੇ ਖੁਸ਼ੀ ਦੇ ਲਈ। ਆਹ ਦੁੱਗ 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 ਹੋ ਗਈ ਆ ਮੈਦਾਨ ਦੇ ਵਿੱਚ, ਦੁੱਗ ਦੁੱਗ ਹੋ ਗਈ ਆ ਮੈਦਾਨ ਦੇ ਵਿੱਚ। ਅੱਧੇ ਸਮੇਂ ਤੱਕ ਦਾ ਰਿਜ਼ਲਟ ਜਿਹੜਾ ਹੈ ਓਕੇਸੀ ਦੀ ਟੀਮ ਦੇ ਪੁਆਇੰਟ ਰਹੇ ਨੇ 15.5 ਤੇ ਇੰਟਰਨੈਸ਼ਨਲ ਦੀ ਟੀਮ ਦੇ ਪੁਆਇੰਟ ਰਹੇ ਨੇ 18। 15.5 ਤੇ 18 ਦੇ ਨਾਲ ਜਿਹੜਾ ਮੁਕਾਬਲਾ ਚੱਲਦਾ ਹੈ। ਸਾਡੇ ਦਰਮਿਆਨ ਬਹੁਤ ਹੀ ਸਤਿਕਾਰਤ ਅੰਟਾਰੀਓ ਖਾਲਸਾ ਦਰਬਾਰ ਤੋਂ ਸਮੁੱਚੀ ਟੀਮ ਜਿਹੜੀ ਇੱਥੇ ਪਹੁੰਚੀ ਆ, ਪ੍ਰਧਾਨ ਹਰਪਾਲ ਸਿੰਘ ਜੀ, ਵਾਈਸ ਪ੍ਰਧਾਨ ਗੁਰਿੰਦਰ ਸਿੰਘ ਜੀ ਭੋਲਰ, ਚੇਅਰਮੈਨ ਬਲਜੀਤ ਸਿੰਘ ਜੀ ਪੰਡੋਰੀ, ਖਜਾਨਚੀ ਭੁਪਿੰਦਰ ਸਿੰਘ ਜੀ ਬਾਠ, ਅਸਿਸਟੈਂਟ ਖਜਾਨਚੀ ਸਰਬਜੀਤ ਸਿੰਘ ਜੀ, ਪਰਮਜੀਤ ਸਿੰਘ ਜੀ ਗੇਲਾ, ਸੁਖਜਿੰਦਰ ਸਿੰਘ ਜੀ ਬੈਂਸ, ਸੁਖਦੇਵ ਬੈਂਸ ਜੀ, ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦੂਲ ਸਿੰਘ ਜੀ ਥਿਆੜਾ, ਹਰਬੰਸ ਸਿੰਘ ਜੀ ਜੰਡਾਲੀ ਅਤੇ ਨਾਲ ਸਾਹਿਬ ਸਵਰਨ ਸਿੰਘ ਜੀ ਨਾਲ, ਜਿਹੜੇ ਸਮੁੱਚੇ ਅੰਟਾਰੀਓ ਖਾਲਸਾ ਦਰਬਾਰ ਦੀ ਕਮੇਟੀ ਵੱਲੋਂ ਸਾਡੇ ਅੱਜ ਇਸ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਟੂਰਨਾਮੈਂਟ ਦੇ ਪਹੁੰਚੇ ਨੇ। ਸਮੋਸਾ ਐਂਡ ਸਵੀਟ ਫੈਕਟਰੀ ਤੋਂ ਸਰਦਾਰ ਹਰਪਾਲ ਸਿੰਘ ਜੀ ਸੰਧੂ, ਬੰਤ ਨਿੱਜਰ ਜੀ, ਅਸੀਂ ਸੰਧੂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਹਮੇਸ਼ਾ ਸਾਡਾ ਬਹੁਤ ਜ਼ਿਆਦਾ ਮਾਣ ਕਰਦੇ ਨੇ, ਜਿੰਨੇ ਵੀ ਸਾਡੇ ਸਪੋਂਸਰ ਨੇ ਹੁਣ ਤੱਕ ਪਹੁੰਚੇ, ਜਿਨ੍ਹਾਂ ਦੇ ਵਿੱਚ ਸਰਦਾਰ ਅਵਤਾਰ ਸਿੰਘ ਜੀ ਗਰੇਵਾਲ, ਕੈਲਾਸ਼ ਕਸਾਲ ਜੀ K2 ਪੈਟਰੋਲੀਅਮ ਤੋਂ, ਸਰਬਜੀਤ ਸਿੰਘ ਜੀ ਦਿਓਲ, ਜਸਪਾਲ ਸਿੰਘ ਜੀ, ਗੁਰਪ੍ਰੀਤ ਸਿੰਘ ਜੀ ਸਿੱਧੂ ਬੀ ਟਰੱਕ ਤੋਂ, ਧਾਮੀ ਬ੍ਰਦਰਸ, ਟ੍ਰਿਪਲ ਕੇ ਕੈਰੀਅਰ ਤੋਂ ਕਾਕਾ ਅਤੇ ਸੁੱਖਾ ਹੰਸ। ਹੁਣ ਜਿਹੜਾ ਮੈਚ ਸ਼ੁਰੂ ਹੁੰਦਾ ਉਸ ਤੋਂ ਬਾਅਦ ਜਿਹੜੇ ਸਾਡੇ ਬਲਾਕ ਸਮਿਤੀ ਦੇ ਮੈਂਬਰ ਆਏ ਨੇ ਉਹਨਾਂ ਨੂੰ ਆਪਾਂ ਮਾਣ ਸਨਮਾਨ ਕਰਾਂਗੇ, ਜਿਹੜੇ ਸਰਬਜੀਤ ਸਿੰਘ ਦਿਓਲ ਹੋਣਾਂ ਦੇ ਨਾਲ ਆਏ ਨੇ। ਇਹਦੇ ਹਾਫ ਟਾਈਮ ਦੇ ਵਿੱਚ ਮੈਚ ਸਟਾਰਟ ਹੈ ਜੀ। ਮੈਂ ਬੇਨਤੀ ਕਰਾਂ ਸਾਡੇ ਵੀਰ ਦੂਜੇ ਹਾਫ ਦੇ ਲਈ ਮੱਖਣ ਅਲੀ ਤੇ ਅਮਨ ਲੋਪੋ, ਜਿਨ੍ਹਾਂ ਦਾ ਅੱਜ ਕਹਿੰਦੇ ਗੋਲਡ ਮੈਡਲ ਦੇ ਨਾਲ, ਇੰਦਰਜੀਤ ਗਿੱਲ ਤੇ ਨਵੀ ਗਿੱਲ ਰੂਮੀ ਪਿੰਡ ਵਾਲੇ ਸਾਡੇ ਵੀਰ ਗੋਲਡ ਮੈਡਲ ਦੇ ਨਾਲ ਵੱਡਾ ਮਾਣ ਸਨਮਾਨ ਵੀ ਕਰਨਗੇ, ਨਾਲ ਮਾਨੇ ਉਹਨਾਂ ਦਾ ਦਵਿੰਦਰ ਤੋਰ ਦਾ ਤੇ ਨਾਲ ਸਾਡੇ ਵੀਰ ਡੋਨੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਮੱਖਣ ਅਲੀ ਜੀ ਕਰਦੇ ਹੋ ਸਿਫਤ ਮੁੰਡਿਆਂ ਦੀ। ਬਹੁਤ ਸ਼ਾਨਦਾਰ ਚੋਟੀ ਦੇ ਮੈਚ ਅੱਜ ਇਸ ਮੈਦਾਨ ਦੇ ਅੰਦਰ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਦੀ ਸਰਪ੍ਰਸਤੀ ਦੇ ਹੇਠ, ਲਓ ਇਧਰੇ ਪਾਸੇ ਬਣੀ ਦੀ ਰੇਡ ਮੈਦਾਨ ਦੇ ਵਿੱਚ ਦੇਖਦੇ ਵੀ ਪਈ ਹੋਈ, ਬਹੁਤ ਵਧੀਆ ਲੱਕ ਨੂੰ ਪਿਆ ਹੋਇਆ ਲਪੇਟਾ, ਬੜਾ ਸ਼ਾਨਦਾਰ ਤੇ ਜਾਂਦਰ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਔਰ ਦੂਸਰੇ ਪਾਸੇ ਅੰਟਾਰੀਓ ਕਬੱਡੀ ਕਲੱਬ, ਬਹੁਤ ਵਧੀਆ ਪੁਆਇੰਟ ਇੰਦਰਜੀਤ ਸਿੰਘ ਸਮਾਣੇ ਵੱਲ, ਲਓ ਛੋਟਾ ਨਾਥ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਖਿਡਾਰੀ, ਸੀਹਾ ਦੌਦ ਕਿੱਥੇ ਗਿਆ ਲੋਪੋ ਵਾਲਾ ਇਹ ਜਾਣਕਾਰੀ ਦਊਗਾ। ਲਓ ਸਾਹਮਣੇ ਇਸ ਵੇਲੇ ਕਹਿੰਦੇ ਸੀਹਾ ਦੌਦ ਵਾਲਾ ਮਰੇਲਕੋਟਲੇ ਦਾ ਇਲਾਕਾ ਹੈ, ਔਰ ਕਹਿੰਦੇ ਨੌਜਵਾਨ ਗੱਭਰੂ ਇਸ ਵੇਲੇ ਸ਼ਰਨੇ ਦੇ ਨਾਲ ਮੁਕਾਬਲਾ ਹੈ ਟੱਕਰ ਸਿਰੇ ਦੀ, ਜਿਹੜੇ ਜਿਹੜੇ ਕਹਿੰਦੇ ਵੀ ਕੈਨੇਡਾ ਦੇ ਮੈਦਾਨਾਂ ਵਿੱਚ ਨਾਸ ਵੀ ਤਕੜੀਆਂ ਰੇਡਾਂ ਬਾਰੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ, ਬੱਲੇ ਬੱਲੇ ਕਰਵਾ ਰਿਹਾ ਮੁੰਡਾ ਹੈ। ਹਾਂ ਸ਼ਾਜੀ ਹੈ ਨਾਂ ਦੇ ਲਈ $100 ਧੁੱਗਾ ਬ੍ਰਦਰ ਦੇ ਵੱਲੋਂ, ਸਾਡੇ ਇੰਦਰਜੀਤ ਧੁੱਗਾ ਕਾਲਾ ਧੁੱਗਾ ਤੇ ਵੀਰਪਾਲ ਧੁੱਗਾ ਜੀ ਧੁੱਗਾ ਬ੍ਰਦਰ ਵੱਲੋਂ $100 ਦੇ ਮਾਨ ਸਨਮਾਨ। ਅਵੈਸ ਕਿੰਗ ਦੀ ਕੋਸ਼ਿਸ਼ ਤੇ ਸ਼ਹਿਜਾਦ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ, ਰਵੀ ਕੈਲਰਮ ਵਾਲਾ ਵੀ ਕਹਿੰਦੇ
ਹਾਂ ਸੀਜ਼ਨ ਦੇ ਵਿੱਚ ਸਿਰੇ ਦੀਆਂ ਰੇਡਾਂ ਭਰ ਹੈ ਰਵੀ ਕੈਲਮ ਦੀ ਰੇਡ ਸਤਾਰ ਦੀ ਕਰ ਦਿਓ ਗੱਲ ਰਵੀ ਹਰਿਆਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਅੱਜ ਭਾਈ ਗਾਖਲ ਦਾ ਵੀ ਗੋਲਡ ਮੈਡਲ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ ਰਵੀ ਕੈਲਮ ਦੀ ਰੇਡ ਔਰ ਓਕੇਸੀ ਦੀ ਟੀਮ ਦਾ ਅੱਖੋ ਚ ਕੱਢਣੀ ਬੜੀ ਔਖੀ ਲਾਉਣੀ ਕਬੱਡੀ ਵਿੱਚ ਢਾਕ ਮਿੱਤਰ ਦਾ ਮਿਹਨਤਾਂ ਨਾਲ ਸਭ ਲੱਗਦੇ ਖਾਕੇ ਖੁਰਾਕ ਮਿੱਤਰ ਇਹ ਵਾਹਿਗੁਰੂ ਹੈ ਸੀਚੇ ਵਾਲੀ ਹੈ ਪਰ ਪੁਆਇੰਟ ਤਾਂ ਆਵੀ ਦਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਿ ਪਿਸਟਲ ਤਾਂ ਮਿਲਣ ਬਜ਼ਾਰੋ ਜਿਗਰੇ ਨਾ ਮਿਲਦੇ ਵੀ ਪਿਸਟਲ ਤਾਂ ਮਿਲਣ ਬਜ਼ਾਰੋ ਜਿਗਰੇ ਨਾ ਮਿਲਦੇ ਵੀ ਵਰਿੰਦਰ ਸਿੰਘ ਨਾਮ ਹੈ ਪਿਸਟਲ ਭਿੰਡਰਾਂ ਵਾਲਾ ਕਹਿੰਦੇ ਇਸ ਵੇਲੇ ਕਬੱਡੀ ਪਾ ਰਿਹਾ ਹੈ ਉਧਰ ਜੱਗਾ ਚਿੱਟੀ ਵਾਲਾ ਮੋਹਿਤ ਡੀਂਗ ਨਾਲ ਮੁਕਾਬਲਾ ਹਰਿਆਣੇ ਕਾ ਸ਼ੋਰ ਹੈ ਇਸ ਵੇਲੇ ਕਰ ਰਿਹਾ ਕੁਛ ਤੇ ਪੁਆਇੰਟ ਜਿਹੜਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਹਿੱਸੇ ਜੁੜਦਾ ਹੋਇਆ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਲਈ ਪੁਆਇੰਟ ਦਾ ਵਾਧਾ ਹੁੰਦਾ ਹੋਇਆ ਇੰਦਰਜੀਤ ਧੁੱਗਾ ਵੀਰਪਾਲ ਧੁੱਗਾ ਕਾਲਾ ਧੁੱਗਾ ਸੁੱਖਾ ਵਾਸੀ ਹਰਵਿੰਦਰ ਵਾਸੀ ਜਾਂ ਸੋਲ ਮਨਜੀਤ ਸਿੰਘ ਜੀ ਘੋਤੜਾ ਉਹਨਾਂ ਦੀ ਧੀਰੇ ਸੰਧੂ ਉਹਨਾਂ ਦੀ ਮਾਣੂ ਕੇ ਸੰਧੂ ਵਾਲਿਆਂ ਦੀ ਇਹ ਟੀਮ ਹੈ ਅੱਜ ਦੇ ਟੂਰਨਾਮੈਂਟ ਦਾ ਫਸਟ ਪ੍ਰਾਈਜ਼ ਵੀ ਧੀਰਾ ਸੰਧੂ ਜੀ ਸ਼ਿੰਦਾ ਸੰਧੂ ਜੀ ਮਾਣੂ ਕੇ ਸੰਧੂ ਵਾਲੇ ਉਹਨਾਂ ਵੱਲੋਂ ਸਪੋਂਸਰ ਕੀਤਾ ਗਿਆ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਰਿਕਾਰਡ ਪੈਦਾ ਕਰਨ ਵਾਲੇ ਕਬੱਡੀ ਖਿਡਾਰੀ ਅੱਜ ਜਤਿੰਦਰ ਸਿੰਘ ਸੋਨੀ ਸਵੇਦ ਵੀ ਪੁੱਜਿਆ ਸਮਾਂ ਆਉਣ ਤੇ ਉਹਦੀ ਇੰਟਰੋਡਕਸ਼ਨ ਕਰਾਵਾਂਗੇ ਮੈਦਾਨ ਦੇ ਅੰਦਰ ਰਿਕਾਰਡ ਪੈਦਾ ਕੀਤੇ ਸੋਨੀ ਸਵੇਦ ਨੇ 2004 ਟੋਰਾਂਟੋ ਦਾ ਕੱਪ ਹੋਇਆ ਕਾਰੀ ਸਰੀ ਦੇ ਕਾਕੇ ਨੂੰ ਫੜਨ ਦੇ ਵਾਸਤੇ ਉਦੋਂ ਜਾਫੀ ਵੀ ਤਰਸਦੇ ਰਹੇ ਨੇ ਅਤੇ ਦੋ ਜੱਫੇ ਜਿਹੜੇ ਹੈ ਉਹ ਸੋਨੀ ਸਵੇਦ ਦੇ ਸਨ ਉਹ ਰਿਕਾਰਡ ਬਣਿਆ ਔਰ ਸੀਜ਼ਨ 2004 ਦਾ ਕਾਰੀ ਸਰੀ ਦੇ ਕਾਕੇ ਨੇ ਜਿਹੜੇ 2.5 ਜੱਫੇ ਸਨ ਉਹ ਇੱਕ ਜੱਫਾ ਸਿੱਧਵਾਂ ਵਾਲੇ ਵੀਰੇ ਦਾ ਇੱਕ ਮੰਗਜੀਤ ਦੁਨਾਲੀ ਚਮਿਆਰੇ ਦਾ ਅਤੇ ਕਾਮਨ ਪੁਆਇੰਟ ਜਿਹੜਾ ਉਹ ਤੀਰਥ ਗਾਖਲ ਦਾ ਸੀਗਾ ਉਦੋਂ ਮੀਡੀਆ ਇੰਨਾ ਨਹੀਂ ਸੀ ਪੰਜਾਬੀ ਹਾਕ ਦੇ ਪੰਨਿਆਂ ਦੇ ਉੱਪਰ ਇਹ ਇਬਾਰਤ ਜਿਹੜੀ ਹੈ ਹੋਰ ਸੁਨਹਿਰੀ ਕਰਕੇ ਲਿਖੀ ਗਈ ਔਰ ਜਦੋਂ 10 ਲੱਖ ਲੱਗਾ ਦੋ ਰੇਡਾਂ ਦੇ ਉੱਪਰ ਅਤੇ ਦੋ ਜੱਫੇ ਉਦੋਂ ਵੀ ਸੋਨੀ ਸਨੇਦ ਨੇ ਲਾਏ ਸਨ ਜਦੋਂ 2 ਲੱਖ ਤੱਕ ਗੱਲ ਪੁੱਜੀ ਸੀਗੀ ਵੀ ਲਗਾਤਾਰ 2 ਜੱਫੇ ਲਾ ਕੇ ਸੋਨੀ ਸਨੇਦ ਨੇ ਉਦੋਂ 2 ਲੱਖ ਜਿੱਤਿਆ ਸੀਗਾ ਵਾਈਲਡਵੁੱਡ ਪਾਰਕ ਦੀਆਂ ਗਰਾਊਂਡਾਂ ਦੇ ਵਿੱਚ ਮੇਜਰ ਸਿੰਘ ਜੀ ਨੱਥ ਸਾਹਿਬ ਦੇ ਸਾਰੇ ਸਾਥੀਆਂ ਨੇ ਉਦੋਂ 10 ਲੱਖ ਤੱਕ ਜਿਹੜੀ ਹੈ ਉਹ ਗੇਮ ਪਹੁੰਚਾਈ ਸੀਗੀ ਰਿਕਾਰਡ ਬਣੇ ਪਰ ਮੀਡੀਆ ਬੜਾ ਘੱਟ ਸੀਗਾ ਅੱਜ ਸਾਰੇ ਖਿਡਾਰੀਆਂ ਦਾ ਇਕੱਲੇ ਇਕੱਲੇ ਦਾ ਬਾਇਓਡਾਟਾ ਸਾਡੇ ਉਸਤਾਦ ਜੀ ਸਾਂਝਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਪ੍ਰੋਫੈਸਰ ਮੱਕੜ ਸਿੰਘ ਜੀ ਸੈਮੀਫਾਈਨਲ ਮੈਚਾਂ ਦੇ ਦੌਰ ਦੇ ਵਿੱਚ ਇਹਨਾਂ ਖਿਡਾਰੀਆਂ ਦੀ ਜ਼ਰੂਰ ਇੰਟਰੋਡਕਸ਼ਨ ਹੋਊਗੀ ਨਾਲ ਜੁੜੀਏ ਖੇਡ ਮੈਦਾਨ ਦੇ ਨਾਲ ਤਕੜਾ ਮੈਚ ਉਸਤਾਦ ਜੀ ਨੇ ਦੱਸਿਆ ਵੀ 2004 ਦੇ ਵਿੱਚ ਬਲਵਿੰਦਰ ਕਾਕੇ ਕਾਰੀ ਸਾਰੀ ਨੂੰ ਸਾਰੇ ਸੀਜ਼ਨ ਦੇ ਵਿੱਚ 2.5 ਜੱਫੇ ਲੱਗੇ ਸਨ ਯਾਨੀ ਕਿ 2 ਹੀ ਜੱਫੇ ਇੱਕ ਵਾਰੀ ਕਾਰੀ ਸਾਰੀ ਵਾਲੇ ਕਾਕੇ ਦੇ ਨਾਮ ਤੇ ਵੀ ਰਤਾੜੀਆਂ ਮਾਰ ਦਿਓ ਕਿਉਂਕਿ ਵੱਡਾ ਰਿਕਾਰਡ ਟੋਰਾਂਟੋ ਦੇ ਵਿੱਚ ਦੇਖੋ ਵੀ ਅੱਜ ਤੇ ਰੇਡਰ ਨੂੰ ਇੱਕ ਮੈਚ ਦੇ ਵਿੱਚ 2 ਜੱਫੇ ਲੱਗ ਜਾਂਦੇ ਉਹਨੇ ਸੀਜ਼ਨ ਦੇ ਵਿੱਚ ਮੇਰੇ ਵੀਰੋ 2.5 ਜੱਫੇ ਇਹ ਵੀ ਇੱਕ ਰਿਕਾਰਡ ਆਹ ਸਾਹਮਣੇ ਰਵੀ ਕੈਲਰਮ ਦੀ ਪਾਈ ਹੋਈ ਰੇਡ 4 ਜਾਫੀਆਂ ਵਿੱਚ ਹੁਣ ਸੀਚੇ ਵਾਲੀ ਆ ਜਲਾਲਪੁਰੀ ਹੈ ਦਿਓਰੇ ਵਾਲਾ ਹੈ ਡੱਗੋ ਵਾਲਾ ਹੁਣ ਕੌਣ ਬੱਲੇ ਬੱਲੇ ਕਰਵਾਉਂਦਾ ਗੱਲ ਸਮੇਂ ਦੀ ਹੈ ਓਕੇਸੀ ਦੀ ਟੀਮ ਲਾਡੇ ਸੋਤ ਤੇ ਉਹਨਾਂ ਦੀ ਖੇਡਦੀ ਹੋਈ ਆਹ ਵਾਹਿਗੁਰੂ ਨੌਜਨ ਸੀਚੇ ਵਾਲੀ ਆ ਸੰਤ ਬਾਬਾ ਬਲਵੀਰ ਸਿੰਘ ਜੀ ਨੇ ਨਾਂ ਰੱਖ ਦਿੱਤਾ ਇਸ ਨੌਜਨ ਦਾ ਵਾਹਿਗੁਰੂ ਪਰ ਰਵੀ ਕੈਲਰੀਅਮ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ 100 ਡਾਲਰ ਰਵੀ ਕੈਲਰੀਅਮ ਦੇ ਲਈ ਧੁੱਗਾ ਬ੍ਰਦਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਉਧਰ ਅੰਟਾਰੀਓ ਖਾਲਸਾ ਦਰਬਾਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅੱਜ ਵਿਸ਼ੇਸ਼ ਤੌਰ ਤੇ ਪੁੱਜੀ ਹੋਈ ਹੈ ਸਾਰੀ ਪ੍ਰਬੰਧਕ ਕਮੇਟੀ ਦਾ ਗੋਗਾ ਗੋੜੀਆ ਜੀ ਕਹਿੰਦੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਵੱਲੋਂ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਹੈ ਇਹ ਖੁਸ਼ੀ ਦੁੱਗਾ ਵਾਲਾ ਹੈ ਜਿਹੜੇ ਜਿਹੜੇ ਖੁਸ਼ੀ ਨੂੰ ਪਿਆਰ ਕਰਦੇ ਇੱਕ ਵਾਰੀ ਤਾਰੀਆਂ ਜ਼ੋਰਦਾਰ ਮਾਰਿਓ ਐਨ ਕਹਿੰਦੇ ਪਹਿਲੇ ਜੱਫਾ ਲਾਇਆ ਉਸਤਾਦ ਜੀ ਦੁਨੀਆਂ ਨੇ ਖੜੇ ਹੋ ਕੇ ਆਪ ਮਹਾਰੇ ਤਾਰੀਆਂ ਮਾਰੀਆਂ ਇਹ ਦੁੱਗਾ ਵਾਲਾ ਖੁਸ਼ੀ ਆਹ ਚਿੱਤਪਾਲ ਚਿੱਟੀ ਵਾਲਾ ਕਬੱਡੀ ਪਾ ਰਿਹਾ ਹੈ ਚਿੱਤਪਾਲ ਸਿੰਘ ਵਾਹ
ਜਲੰਧਰ ਜਾਂ ਮੁੰਡਾ ਦੇਖਦੇ ਮੈਂ ਐਨ ਮਿਲਦਾ ਫਿਰਦਾ। ਚੱਲ ਵੀ ਸ਼ਾਹ ਜੀ ਪਾ ਫਿਰ ਕਬੱਡੀਆਂ ਭੱਜ ਭੱਜ ਕੇ ਨੌਜਵਾਨ ਜੱਫੇ ਦੇ ਹਰੇਕ ਨੂੰ ਲੱਗਦੇ ਨੇ, ਆਜੇ ਜੱਫੇ ਲੱਗੇ ਤੇ ਗੱਲ ਕਿਹੜੀ। ਲਓ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵਾਧਾ ਹੋਇਆ ਸ਼ਹਿਜ਼ਾਦਾ ਖੇਡ ਕਬੱਡੀ ਦਾ ਸ਼ਕਰਪੁਰੀ ਆ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ ਨਾ ਤੇਜ਼ ਤਰਾਰ ਕਬੱਡੀ ਖਿਡਾਰੀ, ਔਰ ਦੂਸਰੇ ਪਾਸੇ ਗੋਲਡਨ ਬੋਏ ਕਹਿੰਦਾ ਮੈਂ ਕਰਦਾ ਦੋ ਹੱਥ ਕਬੱਡੀ ਖੇਡਦਾ ਆਸਟ੍ਰੇਲੀਆ ਦੇ ਵਿੱਚ ਜਾ ਵਸਿਆ ਨਾ ਚਿੱਟੀ ਵਾਲਾ ਜੱਗਾ, ਔਰ ਦੂਸਰੇ ਪਾਸੇ ਸ਼ਾਹ ਜੀ ਕਦੇ ਸੱਜੇ ਕਦੇ ਖੱਬੇ ਪੈਣ ਅੰਟੈਰੀਓ ਕਬੱਡੀ ਕਲੱਬ ਓਕੇ ਸੀ, ਔਰ ਦੂਸਰੇ ਪਾਸੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਧੀਰੇ ਸੰਧੂ ਹੋਣਾ ਦਾ, ਬਾਸੀ ਬ੍ਰਦਰ ਦਾ, ਤੁੱਗਾ ਬ੍ਰਦਰ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਖੇਡ ਕਬੱਡੀ ਐਨ ਐਨ ਦੁਨੀਆ ਦੇ ਨਕਸ਼ੇ ਦੇ ਉੱਪਰ ਵੱਡੇ ਬਜਟ ਦੀਆਂ ਬਣੀਆਂ ਹੋਈਆਂ ਖੇਡ ਕਲੱਬਾਂ ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਇੱਕ ਵਾਰੀ ਫਿਰ ਸਾਰੀ ਸੰਗਤ ਦਾ ਵੱਡੀ ਤਾਦਾਦ ਦੇ ਵਿੱਚ ਸੰਗਤ ਜੁੜ ਗਈ ਹੈ। ਮੌਸਮ ਬਹੁਤ ਸੁਹਾਵਣਾ ਹੈ, ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਵੱਲੋਂ ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਸਾਂਝੇ ਤੌਰ 'ਤੇ ਬਹੁਤ ਬਹੁਤ ਧੰਨਵਾਦ ਸਾਰੇ ਆਯੋਜਕਾਂ ਪ੍ਰਯੋਜਕਾਂ ਦਾ, ਸਪੌਂਸਰ ਦਾ ਜਿਹਨਾਂ ਦੇ ਸਹਿਯੋਗ ਦੇ ਨਾਲ ਇਹ ਵੱਡਾ ਮੇਲਾ ਹੈ। ਵੱਡੀਆਂ ਰੌਣਕਾਂ ਨੇ, 27 ਤਰੀਕ ਨੂੰ ਇਸੇ ਗਰਾਊਂਡ ਦੇ ਵਿੱਚ ਯੂਨਾਈਟਡ ਬ੍ਰਮਟਨ ਵੱਲੋਂ ਵੱਡਾ ਕਬੱਡੀ ਕੱਪ ਹੋਊਗਾ ਅਤੇ 3 ਅਗਸਤ ਯੰਗ ਕਬੱਡੀ ਕਲੱਬ ਆਪ ਸਭ ਨੂੰ ਸੱਦਾ ਦੇ ਰਹੀ ਹੈ ਵੀ ਜਿਹੜਾ ਟੋਰਾਂਟੋ ਦਾ ਕੱਪ ਹੈ ਲੰਡਨ ਦੇ ਵਿੱਚ ਉਹ ਵੀ ਇਤਿਹਾਸ ਸਿਰਜਿਆ ਜਾਊਗਾ। 31ਵਾਂ ਕੈਨੇਡਾ ਕਬੱਡੀ ਕੱਪ ਹਰੇ ਮੰਨੇ ਪਰਵਾਨੇ ਕਬੱਡੀ ਦੇ ਖਿਡਾਰੀ ਧੰਨਵਾਦ ਕਰਦੇ ਹਾਂ। ਵਿਸ਼ੇਸ਼ ਤੌਰ 'ਤੇ K2 ਪੈਟਰੋਲੀਅਮ ਦਾ ਬਹੁਤ ਵੱਡਾ ਸਹਿਯੋਗ ਹੈ, BVD ਗਰੁੱਪ ਦਾ ਬਹੁਤ ਵੱਡਾ ਸਹਿਯੋਗ, RSG ਦਾ ਬਹੁਤ ਬਹੁਤ ਧੰਨਵਾਦ, ਹਾਂਸ ਟਰਾਂਸਪੋਰਟ ਦਾ ਬਹੁਤ ਬਹੁਤ ਧੰਨਵਾਦ ਅਤੇ ਕਿੰਗਡਮ ਦੀ ਸਾਰੀ ਟੀਮ ਦਾ ਵਿਸ਼ੇਸ਼ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਖੇਡ ਮੇਲਾ ਹੈ। ਸਾਡੇ ਰਾਜੂ ਅਜਲਾ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸੋ ਸਾਡੇ ਵੀਰ ਪਿਓਰ ਐਂਡ ਸਿੰਪਲ ਰੈਸਟੋਰੈਂਟ ਵਾਲੇ ਬਹੁਤ ਹੀ ਸਤਿਕਾਰਯੋਗ ਵੀਰ ਮੈਟਰੋ ਦੇ ਨਾਲ ਜੁੜੇ ਹੋਏ। ਹਾਂ ਪੀਜ਼ਾ ਭੁੱਜ ਗਿਆ ਅਤੇ ਮੈਂ ਧੰਨਵਾਦ ਕਰਦਾ ਸਤਿਕਾਰਯੋਗ ਵੀਰਾਂ ਦਾ, ਜਿਹਨੇ ਵੀ ਛਕਣਾ ਹੋਵੇ ਉਹ ਆਵਸ਼ਕਤਾ ਅਨੁਸਾਰ ਜ਼ਰੂਰਤ ਅਨੁਸਾਰ ਸੇ ਦੇ ਪਿਛਲੇ ਪਾਸੇ ਅਤੇ ਉਹ ਛਕ ਸਕਦੇ ਨੇ, ਨਾਲ ਲੰਗਰ ਵੀ ਚੱਲ ਰਿਹਾ ਹੈ। ਬਹੁਤ ਬਹੁਤ ਧੰਨਵਾਦ ਸਾਰੇ ਪ੍ਰਬੰਧਕਾਂ ਆਯੋਜਕਾਂ ਪ੍ਰਯੋਜਕਾਂ ਦਾ ਜਿਹਨਾਂ ਨੇ ਸਪੌਂਸਰ ਕੀਤੇ ਪੀਜ਼ੇ ਅਤੇ ਚਾਹੇ ਲੰਗਰ, ਸੋ ਚਾਹੇ ਕੋਈ ਜਲਦੀ ਸੇਵਾ ਉੱਤਮ ਸੇਵਾ ਹੈ, ਸਾਰਿਆਂ ਦਾ ਰੋਲ। ਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੰਨੀ ਸਮਾਨੇ ਵਾਲਾ ਭਾਰੀ ਸਰੀਰ ਹੈ, ਜ਼ੋਰਦਾਰ ਸਰੀਰ, ਸਾਹਮਣੇ ਚਿੱਟੀ ਵਾਲਾ ਜੱਗਾ ਨੌਜਵਾਨ ਗੱਭਰੂ ਕੋਸ਼ਿਸ਼ ਕਰ ਰਿਹਾ ਖੇਡ ਮੈਦਾਨ ਦੇ ਵਿੱਚ, ਗੱਭਰੂ ਦਾ ਟੌਰ ਚੱਲਦਾ, ਚਿੱਟੀ ਵਾਲੇ ਜੱਗੇ ਦਾ ਵੀ ਕੌਡੀ ਵਿੱਚ ਦੌਰ ਚੱਲਦਾ ਹੈ, ਪਰ ਬੰਨੀ ਤਕੜਾ ਨੰਬਰ ਜਿਹੜਾ ਹੈ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਰਵੀ ਕੈਲਰਮ ਦੀ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ। ਮਿਸਟਰ ਸਿੰਘ ਪੀਜ਼ੇ ਦਾ ਬਹੁਤ ਬਹੁਤ ਧੰਨਵਾਦ ਹੈ, ਮਿਸਟਰ ਸਿੰਘ ਪੀਜ਼ਾ ਉਹਨਾਂ ਨੇ ਸਹਿਯੋਗ ਵੀ ਵੱਡਾ ਕੀਤਾ ਅਤੇ ਅੱਜ ਵਿਸ਼ੇਸ਼ ਤੌਰ 'ਤੇ ਪੀਜ਼ਾ ਵੀ ਉਹਨਾਂ ਵੱਲੋਂ ਸਪੌਂਸਰ ਹੈ। ਬਹੁਤ ਬਹੁਤ ਧੰਨਵਾਦ। ਅਗਲੀ ਕਬੱਡੀ ਪਾਉਣ ਦੇ ਲਈ ਹਰਿਆਣੇ ਵਾਲਾ ਰਵੀ ਦੀ ਪਈ ਹੋਈ ਰੇਡ ਕੈਲਰਮ ਵਾਲੇ ਦੀ, ਹਰ ਜਾਫੀ ਜਲਾਲਪੁਰੀਆ ਪਾਲਾ ਕੋਸ਼ਿਸ਼ ਕਰ ਰਿਹਾ ਅਤੇ ਰਵੀ ਕੈਲਰਮ ਤਕੜਾ ਨੰਬਰ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਕਿ ਪੱਤੋ ਦੇ ਕੋਲ ਖਾਈ ਸੁਣੀ ਦੀ, ਖਾਈ ਦੇ ਕੋਲ ਦੀਨਾ ਤੈ ਮਨ ਮੋਹ ਲਿਆ ਵੇ ਕਬੱਡੀ ਦਾ ਸ਼ਕੀਨਾ। ਆ ਨੌਜਵਾਨ ਦਾ ਖਾਈ ਪਿੰਡ ਹੈ, ਇਹ ਆ ਦੀਪਾ ਖਾਈ ਵਾਲਾ, ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਦੀਪਾ ਖਾਈ ਵਾਲਾ। ਆ ਨੌਜਵਾਨ ਦੀਪੇ ਦੀ ਪਈ ਹੋਈ ਰੇਡ, ਚਾਰ ਜਾਫੀਆਂ ਵਿੱਚ ਹੁਣ ਕਿਹੜਾ ਨੌਜਵਾਨ ਕੋਸ਼ਿਸ਼ ਕਰਦਾ, ਆਹ ਕੀਤੀ ਹੋਈ ਨੌਜਵਾਨ ਦੀ ਕੋਸ਼ਿਸ਼, ਉਹ ਗੋਗੇ ਵਾਲਾ ਕਮਾਲ ਕਰ ਪਾਊ ਕਿ ਨਹੀਂ। ਇਸ ਵੇਲੇ ਗਿੰਦੀ ਤੇ ਦੀਪੇ ਦੇ ਦਰਮਿਆਨ ਮੁਕਾਬਲਾ ਤੇ ਨੰਬਰ ਦੀਪੇ ਖਾਈ ਨੇ OKC ਦੀ ਟੀਮ ਲਈ ਜੋੜ ਦਿੱਤਾ। ਚਿੱਤਪਾਲ ਦੀ ਰੇਡ ਪੈ ਰਹੀ ਹੈ, ਚਿੱਤਪਾਲ ਦੀ ਰੇਡ, ਦਲਜੀਤ ਰਾਏ ਕੇ ਕਲਾਂ ਗੱਜਣ ਵਾਲੇ ਦੇ ਰਿੰਪੀ ਬਰਾੜ ਅਮਨ ਲੁੱਪੂ ਨੇ ਬੋਲ ਬੋਲੇ ਹੋਏ ਯਾਦਾਂ ਬੀਤੇ ਸਮਿਆਂ ਦੀਆਂ ਬਣੀਆਂ, ਸੋ ਅੱਜ ਯਾਦ ਆ ਰਹੀਆਂ। ਲਾ ਇਧਰਲੇ ਪਾਸੇ ਖੇਡ ਕਬੱਡੀ, ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਚਿੱਤਪਾਲ ਚਿੱਟੀ ਵਾਲਾ ਵੱਧਾ ਹੋਇਆ ਖਿਡਾਰੀ, ਕੌਣ OKC ਦਾ ਲਾ ਪਾਓ ਜੱਫਾ, ਲਾ ਜਲਾਲਪੁਰੀਆ ਡੱਕਣ ਦੀ ਕੋਸ਼ਿਸ਼ ਕਰਦਾ, ਦੁਨੀਆ ਦਾ ਬੰਨਿਆ ਪਰ ਬੰਨਿਆ ਕਬੱਡੀ ਖਿਡਾਰੀ ਆਪ ਤੇਜ਼ ਤਰਾਰ ਆਓ ਪੜ ਜਲਾਲਪੁਰੀਏ ਪਾਲੇ ਦਾ ਬਹੁਤ ਸ਼ਾਨਦਾਰ ਨੰਬਰ ਜੁੜਦਾ ਹੋਇਆ
ਇਸ ਸਮੇਂ ਓਕੇਸੀ ਦੀ ਖੇਡ ਕਲੱਬ ਦੇ ਹਿੱਸੇ ਦੇ ਵਿੱਚ। ਅਗਲੀ ਕਬੱਡੀ ਪਾਉਣ ਦੇ ਲਈ ਵਰਿੰਦਰ ਵਾਲਾ ਪਿਸਟਲ ਤੇ ਮਿਲ ਨੰਬਰ ਯਾਰੋ ਜਿਗਰੇ ਨਾ ਮਿਲਦੇ ਵੀ ਭਿੰਡਰ ਕਲਾਂ ਦੀ ਧਰਤੀ ਬਿੱਲੇ ਭਿੰਡਰ ਦਾ ਨਾਂ ਖੇਡ ਕਬੱਡੀ ਦੇ ਵਿੱਚ ਵੱਡਾ ਹੈ। ਆਓ ਪਿਸਟਲ ਭਿੰਡਰਾਂ ਵਾਲਾ ਬਲਵੀਰ ਸਿੰਘ ਨੇ ਨਿੱਜਰ ਇਸ਼ਾਰਾ ਕਰਦੇ ਆ ਵੀ ਨੰਬਰ ਭਿੰਡਰਾਂ ਵਾਲੇ ਪਿਸਟਲ ਦੇ ਹਿੱਸੇ ਜਾ ਜੁੜਿਆ। ਆਓ ਨਾਥ ਰੀਪਲੇ ਦੀ ਮੰਗ ਹੈ ਵੀਰਾ ਸਿੱਧਮਾ ਔਰ ਮਾਣਾ ਲੱਲੀਆਂ ਤੇ ਅਜਮੇਰ ਜਲਾਲ ਵੱਡੀ ਜ਼ਿੰਮੇਵਾਰੀ ਫੈਡਰੇਸ਼ਨ ਨੇ ਲਾਈ ਹੋਈ ਹੈ। ਸਾਹਮਣੇ ਨਾਥ ਦੀ ਕਬੱਡੀ ਇਸ ਵੇਲੇ ਪਾਈ ਹੋਈ ਹੈ। ਅਮਨ ਦਿਓਰੇ ਨਾਲ ਮੁਕਾਬਲਾ ਹੈ। ਇਹ ਹੈ ਕਹਿੰਦੇ ਨੌਜਵਾਨ ਨਾਥ ਕੋਸ਼ਿਸ਼ ਕਰ ਰਿਹਾ ਅਮਨ ਦਿਓਰਾ ਨਾਥ ਨੂੰ ਡੱਕਣ ਦੀ, ਪਰ ਨਾਥ ਤਕੜਾ ਨੰਬਰ ਜਿਹੜਾ ਹੈ ਆਪਣੀ ਟੀਮ ਦੇ ਲਈ ਹਾਊਸ ਆਫ ਟਾਇਰ ਦੇ ਮਿੱਠੂ ਜੀ ਖੇਡ ਮੈਦਾਨ ਦੇ ਵਿੱਚ ਹੈ। ਆਪਣੀ ਟੀਮ ਦੇ ਨਾਲ ਰੇਸ਼ਮ ਰਾਜਧਾਨੀ ਜੀ ਉਹਨਾਂ ਦਾ, ਕਰਨ ਘੁਮਾਨ ਉਹਨਾਂ ਦਾ, ਜਸੋਲ ਉਹਨਾਂ ਦਾ, ਮਨਜੀਤ ਸਿੰਘ ਜੀ ਗੋਤਲਾ ਉਹਨਾਂ ਦਾ, ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ। ਜਲਾਲਪੁਰੀਏ ਪਾਲੇ ਲਈ $50 ਦਾ ਮਾਨ ਸਨਮਾਨ ਕੁਲਵਿੰਦਰ ਬਿਣਗ ਜੀ ਭਾਣੋਕੀ, ਜਿਨ੍ਹਾਂ ਦੇ ਲਿਖੇ ਹੋਏ ਸ਼ੇਰ ਬਹੁਤ ਸੁੰਦਰ ਨੇ। ਵੱਖ ਵੱਖ ਬੁਲਾਰੇ ਆਪੋ ਆਪਣੇ ਅੰਦਾਜ਼ ਦੇ ਨਾਲ ਬੋਲਦੇ ਨੇ। ਜਲਾਲਪੁਰੀਏ ਪਾਲੇ ਦੇ ਵਾਸਤੇ $50 ਦਾ ਮਾਨ ਸਨਮਾਨ ਭੇਜ ਰਹੇ ਨੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਪਹਿਲਾ ਸੈਮੀ ਮੈਚ ਜਿਹੜਾ ਖੇਡਿਆ ਜਾਊਗਾ ਉਹ ਮੈਟਰੋ ਪੰਜਾਬੀ ਸਪੋਰਟਸ ਕਲੱਬ ਅਤੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਫਸਟ ਸੈਮੀ ਫਾਈਨਲ ਮੈਚ ਦੇ ਵਾਸਤੇ ਰੈਡੀ ਰਹਿਣਗੀਆਂ। ਇਸ ਮੈਚ ਤੋਂ ਬਾਅਦ ਜਿਹੜਾ ਸਕੈਜੂਲ ਕਕਰਾਲੀ ਸਾਹਿਬ ਅੰਡਰ 21 ਦਾ ਮੈਚ ਹੋਊਗਾ ਇਸ ਮੈਚ ਤੋਂ ਬਾਅਦ। ਓਕੇ ਸੀ ਅਤੇ ਮੈਟਰੋ ਇਹ ਅੰਡਰ 21 ਦੀਆਂ ਟੀਮਾਂ, ਉਸ ਤੋਂ ਬਾਅਦ ਪਹਿਲਾ ਸੈਮੀ ਫਾਈਨਲ ਮੈਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਅਤੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ। ਚੱਲਦੇ ਹੋਏ ਮੈਚ ਦੀ ਜੇਤੂ ਟੀਮ ਜੀ ਟੀ ਏ ਕਬੱਡੀ ਕਲੱਬ ਦੇ ਨਾਲ ਅੱਜ ਦਾ ਸੈਕਿੰਡ ਸੈਮੀਫਾਈਨਲ ਖੇਡੇਗੀ। ਸੋ ਰੈਂਬੋ ਜੀ ਕਹਿੰਦੇ ਵੀ ਸਿੰਘ ਪੀਜ਼ੇ ਅਤੇ ਟਿਕਟਾਂ ਵੀ ਉਪਲਬਧ ਨੇ, ਸੋ ਟੋਰਾਂਟੋ ਦੇ ਕਬੱਡੀ ਕੱਪ ਦੀਆਂ, ਸੋ ਸਾਰੇ ਆਯੋਜਕ ਪ੍ਰਯੋਜਕ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਖੇਡ ਮੇਲਾ। ਪਰਮਜੀਤ ਸਿੰਘ ਜੀ ਵਲੇਨਾ ਸਾਹਿਬ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ। ਕੇ ਟੂ ਪੈਟਰੋਲੀਅਮ, ਆਰ ਐਸ ਜੀ ਔਰ ਬੀ ਵੀ ਡੀ ਗਰੁੱਪ ਮੇ ਨਾਲ ਹੀ ਹਾਂਸ ਟਰਾਂਸਪੋਰਟ ਕਿੰਗਡਮ ਟੀਮ ਦੇ ਜੱਸਾ ਬਰਾੜ ਜੀ ਉਹਨਾਂ ਦਾ ਅਤੇ ਨਾਲ ਟਾਈਟਨ ਟਰੱਕ ਰਿਪੇਅਰ ਦਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ। ਯੂਨਾਈਟਡ ਸੋਲ ਦੇ ਸਾਡੇ ਵੀਰ ਆਲਖ ਐਂਡ ਪਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਸ਼ਹਿਜ਼ਾਦ ਅਗਲੀ ਕਬੱਡੀ ਪਾਉਣ ਦੇ ਸ਼ਕਰਪੁਰੀ ਆ। ਇਹ ਹੈ ਕਹਿੰਦੇ ਸ਼ਾਜੀ ਫਰਿਆਦ ਮਲੂਕ ਦਾ ਵੀਰ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਕਬੱਡੀ। ਉਧਰ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਦੇ ਚਾਰ ਜਾਫਿਆਂ ਦੇ ਵਿੱਚੋਂ ਗਿੰਦੀ ਨੌਜਵਾਨ ਉੱਗੋ ਕੇ ਵਾਲਾ ਕੋਸ਼ਿਸ਼ ਕਰ ਰਿਹਾ, ਪਰ ਸ਼ਾਜੀ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਰਵੀ ਕੈਰਨ ਵਾਲੇ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਕਿ ਜਿਸਮ ਮਚਾਉਣਾ ਪੈਂਦਾ ਵਿੱਚ ਅੱਗਦੇ, ਫਿਰ ਕਿਤੇ ਜਾ ਕੇ ਚਰਚੇ ਹੁੰਦੇ ਨੇ ਵਿੱਚ ਜੱਗਦੇ। ਗੱਲਾਂ ਸੱਚੀਓ ਆਖਦਾ ਹੈ ਲੋਪੋ ਪਿੰਡ ਵਾਲਾ, ਨਾ ਜੱਗ ਤੇ ਬਣਾਉਣਾ ਨਹੀਂ ਸਿਖਾਲਾ, ਨਾ ਜੱਗ ਤੇ ਬਣਾਉਣਾ ਨਹੀਂ ਸਿਖਾਲਾ, ਵੱਡੀ ਮਿਹਨਤ ਕਰਨੀ ਪੈਂਦੀ ਫਿਰ ਨਾ ਬਣਦਾ ਹੈ ਕਿ ਕਿਤਾਬ ਤਾਂ ਹਰ ਨੂੰ ਮਿਲ ਜਾਂਦੀ ਪਰ ਪੜ੍ਹਨਾ ਔਖਾ ਏ, ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ, ਜੋ ਧਰਤੀ ਨੂੰ ਭੁੱਲਦਾ ਏ ਉਹ ਟਿਕਦਾ ਨਹੀਂ ਅਸਮਾਨ ਦੇ ਵਿੱਚ ਰਬਾਲਾ, ਨਾ ਜੱਗ ਤੇ ਬਣਾਉਣਾ ਨਹੀਂ ਸਿਖਾਲਾ। ਆਓ ਸੀਚੇ ਵਾਲੀ ਇਹਦੀ ਕੋਸ਼ਿਸ਼, ਪਰ ਕੈਲਰ ਵਾਲਾ ਰਵੀ ਤਕੜਾ ਨੰਬਰ ਜੋੜਦਾ ਹੋਇਆ ਬੰਨੀ ਦੀ ਰੇਡ ਉਸਤਾਦ ਜੀ ਕਰ ਦਿਓ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ। ਵਾਧਾ ਹੋਇਆ ਕਬੱਡੀ ਖਿਡਾਰੀ ਗੱਜ ਚੌੜੀ ਛਾਤੀ ਦਾ ਮਾਲਕ, ਚੱਕੀਆਂ ਦੇ ਪੁੜ ਵਰਗੀਆਂ ਹਿੱਕਾਂ ਜਿਗਰੇ ਗਾਡਰ ਨੇ, ਆਹ ਜੂਝ ਜੂਝ ਕੇ ਹੰਦਿਆਂ ਦਾ ਟੱਚ ਕਰਦੇ ਬਾਰਡਰ ਨੇ। ਦੇਵੀ ਦਿਆਲ ਪ੍ਰੀਤਾ ਘੁੱਗਾ ਸ਼ੰਕਰ ਬਣਦਾ ਸੀ, ਤੋਖੀ ਬੋਲਾ ਦੇਵ ਅੱਟਾ ਵੀ ਪੂਰੀ ਹਿੰਡਦਾ ਸੀ। ਪਹਿਲੇ ਸਮਿਆਂ ਦੇ ਵਿੱਚ ਨਾਮ ਆਉਂਦੇ ਨਾ ਸਟਾਰਾਂ ਦੇ, ਖੇਡਣ ਯੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ, ਖੇਡਣ ਯੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ। ਰੱਜ ਕੇ ਸੁਨੱਖਾ ਹੈ, ਚੜ੍ਹਦੀ ਉਮਰ ਹੈ, ਮਾਰਦਾ ਪੱਟਾ ਤੇ ਥਾਪੀਆਂ, ਸੀਹਾਂ ਦਾ ਉਹਦੀ ਧਰਤੀ ਦਾ ਕਹਿੰਦੇ ਨਾਥ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ। ਟੋਰਾਂਟੋ ਦੇ ਵਿੱਚ ਲੱਗੀਆਂ ਰੌਣਕਾਂ, ਜਲਾਲਪੁਰੀਆ ਪਾਲਾ ਦੁਨੀਆਂ ਦਾ ਸਿਰੇ ਦਾ ਜਾਫੀ ਤੇ ਚੜ੍ਹਦੀ ਉਮਰ ਦਾ ਨਾਥ ਬੱਲੇ ਬੱਲੇ ਕਰਵਾ ਰਿਹਾ।
ਪਿਸਤਲ ਭਿੰਡਰਾਂ ਵਾਲਾ ਮਹਾਨ ਕਬੱਡੀ ਖਿਡਾਰੀਆਂ ਦੀ ਧਰਤੀ ਜ਼ਿਲ੍ਹੇ ਮੋਗੇ ਦਾ ਮਸ਼ਹੂਰ ਪਿੰਡ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਵੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਆ ਹੈ। ਭਿੰਡਰਾਂ ਵਾਲਾ ਪਿਸਤਲ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਕਬੱਡੀ। ਹੁਣ ਖੁਸ਼ਦੀਪ ਦੁੱਗਾ ਵਾਲਾ ਜਾਂ ਅਵੈਸ ਕਿੰਗ ਆ ਹੈ ਖੁਸ਼ੀ ਦੁੱਗਾ ਵਾਲਾ, ਪਰ ਸਾਹਮਣੇ ਪਿਸਤਲ ਭਿੰਡਰਾਂ ਵਾਲਾ। ਓ ਕੇ ਸੀ ਦੀ ਟੀਮ ਲਈ ਸ਼ੇਰੇ ਮੰਡੇਰ ਉਹਨਾਂ ਲਈ, ਮਨਪ੍ਰੀਤ ਢੇਸੀ ਉਹਨਾਂ ਲਈ, ਪਿੰਦੇ ਤੂਰ ਉਹਨਾਂ ਦੀ ਲਈ, ਭਾਈ ਗਾਖਲ ਜੀ ਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ ਔਰ ਆਪਣੀ ਟੀਮ ਦੇ ਨਾਲ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ। ਸਾਹਮਣੇ ਨੌਜਨ ਰਵੀ ਕੈਲਰਮ ਕਬੱਡੀ ਪਾ ਰਿਹਾ ਹੈ, ਬਿੱਲਾ ਥਿਆੜਾ ਜੀ ਉਹਨਾਂ ਦੀ ਖੇਡ ਕਲੱਬ, ਤੀਰਥ ਸਿੰਘ ਜੀ ਦਿਓਲ ਤੇ ਨਾਲ ਸਾਡੇ ਧਰਮਿੰਦਰ ਢਿੰਡਵਾੜ ਜੀ ਉਹਨਾਂ ਦਾ ਸਾਰਿਆਂ ਦਾ ਰੋਲ ਸਹਿਯੋਗ ਅਗਲੀ ਕਬੱਡੀ ਪਾਉਣ ਦੇ ਵਾਸਤੇ। ਰਵੀ ਕੈਲਰਾਮ ਆ ਡੱਗੋ ਵਾਲਾ ਸ਼ਰਨਾ ਐਨ ਡੱਕਰਨ ਦੀ ਕੋਸ਼ਿਸ਼ ਕਰਦਾ ਹੋਇਆ ਆ ਹੰਦਿਆਂ ਦੇ ਲਾਗੇ ਚੱਲਦਾ ਸੰਘਰਸ਼। ਦੋ ਮੰਨੇ ਪਰਮੰਨੇ ਕਬੱਡੀ ਖਿਡਾਰੀ, ਹਰਿਆਣੇ ਦਾ ਸ਼ੋਰਾ ਤੇ ਪੰਜਾਬ ਦਾ ਗੱਭਰੂ ਐਨ ਜੂਝਦੇ ਹੋਏ ਪੁਆਇੰਟ। ਧੁੱਗਾ ਬ੍ਰਦਰ ਦੇ ਵੱਲੋਂ $100 ਰਵੀ ਕੈਲਰਮ ਦੇ ਲਈ ਪੁੱਜਿਆ ਹੈ। ਧੁੱਗਾ ਬ੍ਰਦਰ ਦੇ ਵੱਲੋਂ A1 ਫਰਨੀਚਰ ਤੋਂ ਤੂਰ ਸਾਹਿਬ ਸਾਡੇ ਦਰਮਿਆਨ ਪੁੱਜੇ ਹੈ। ਗੋਗਾ ਗੋਣੀਆ ਜੀ ਕਹਿੰਦੇ ਸਮੁੱਚੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਵੱਲੋਂ ਉਹਨਾਂ ਦਾ ਇੱਥੇ ਪੁੱਜਣ ਤੇ ਬਹੁਤ ਬਹੁਤ ਸਵਾਗਤ ਹੈ। ਜੱਗਾ ਚਿੱਟੀ ਵਾਲਾ ਤੇ ਸ਼ਹਿਜਾਦਾ ਸ਼ਕਰਪੁਰੀਆ, ਸ਼ਕਰਪੁਰੀਆ ਸ਼ਹਿਜਾਦ ਤਕੜਾ ਨੰਬਰ ਜੋੜਦਾ ਹੋਇਆ ਨਾ ਥਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ। ਨੌਜਵਾਨ ਬਿਲਕੁਲ ਤਿਆਰ ਹੈ ਕਿ ਜੋ ਤੀਰ ਨਿਸ਼ਾਨੇ ਖੁੰਝ ਜੇ ਉਹ ਕਾਹਦਾ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ। ਜਿਹੜਾ ਪਹਿਲਾਂ ਕਰਦੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ, ਜਿਹੜਾ ਪਹਿਲਾਂ ਕਰਦੇ ਵਾਰ ਨਾ ਕੀਤਾ ਹੈ ਵਾਰ ਇਸ ਕਬੱਡੀ ਖਿਡਾਰੀ ਦਾ। ਵਾਹ ਕਮਾਲ ਕਰਦਾ ਮੁੰਡਾ, ਵਜਦਾ ਇੱਕ ਦੇ ਵਿੱਚ ਕਿਹੜਾ ਲਾਊ ਜੱਫਾ, ਕਮਾਲ ਦੇਖਦੇ ਵੇ ਦਿਲੇ ਪਾਸੇ ਜਲਾਲਪੁਰੀ ਆ ਡੱਕਣ ਦੀ ਕੋਸ਼ਿਸ਼ ਕਰਦਾ, ਰੱਖਦਾ ਧਾਰ ਦੇ ਹੱਥ, ਹੁਣ ਲੰਬੀ ਭਾਜ ਸੱਜੇ ਖੱਬੇ ਸੱਜੇ ਖੱਬੇ, ਕਬੱਡੀ ਕਬੱਡੀ ਹੋਈ ਪੇ, ਪਾਲਾ ਪਾਲਾ ਹੋ ਗਈ ਹੈ, ਪਾਲਾ ਪਾਲਾ ਹੋ ਗਈ, ਦੋ ਜੱਫੇ। ਉਸਤਾਦ ਦੀ ਟਾਈਮਿੰਗ ਦੇਖੋ, ਪੁਸ਼ ਕਰਨ ਦੀ ਇੱਥੇ ਹੀ ਲੈਣ ਤੇ ਦੋ ਵਾਰ ਜੱਫਾ ਲਾ ਗਿਆ ਪਾਲਾ ਜਲਾਲਪੁਰੀਆ। ਜਿਹੜੇ ਜਿਹੜੇ ਪਾਲੇ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ, ਤਾੜੀਆਂ ਵੱਜੀਆਂ ਨੇ ਜਲਾਲਪੁਰੀਏ ਬਲਵੀਰ ਸਿੰਘ ਦੇ ਲਈ। ਆਓ ਵੇਖਦਾ ਵੀ ਇਸ ਵੇਲੇ ਚਿੱਟੀ ਵਾਲਾ ਤੇ ਸਮਾਨੇ ਵਾਲਾ ਜ਼ੋਰ ਲੱਗਿਆ ਹੋਇਆ ਤੇ ਬੰਨੀ ਤਗੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਅਗਲੀ ਰੇਡ ਜਰਨੈਲ ਸਿੰਘ ਜੀ ਤੂਰ A1 ਫਰਨੀਚਰ ਦੇ ਬਹੁਤ ਹੀ ਸਤਿਕਾਰਯੋਗ ਸਰ ਰਣਜੀਤ ਸਿੰਘ ਜੀ ਤੂਰ ਸਾਹਿਬ ਦੀਆਂ ਯਾਦਾਂ ਨੇ, ਉਹਨਾਂ ਦਾ ਬੇਟਾ ਜਰਨੈਲ ਤੂਰ ਉਹ ਸਾਡੇ ਕੋਲ ਪੁੱਜੇ ਨੇ। A1 ਫਰਨੀਚਰ ਬਹੁਤ ਵੱਡਾ ਨਾਮ ਔਰ ਬਹੁਤ ਲੰਮੇ ਸਮੇਂ ਤੋਂ ਖੇਡ ਕਬੱਡੀ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਅਗਲੀ ਕਬੱਡੀ ਪਾਉਣ ਦੇ ਵਾਸਤੇ ਰਵੀ ਕਲਰਮ ਮੈਦਾਨ ਦੇ ਵਿੱਚ, ਵਧੀਆ ਖਿਡਾਰੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ। ਔਰ ਦੂਸਰੇ ਪਾਸੇ ਫਿਰ ਦੇਖਦੇ ਵੀ ਡੱਗੋ ਵਾਲਾ ਹੁਣ ਡੱਕਣ ਦੀ ਕੋਸ਼ਿਸ਼ ਕਰਦਾ, ਕਮਾਲ ਹੋਈ ਪਈ ਦੋ ਖਿਡਾਰੀਆਂ ਦੇ ਦਰਮਿਆਨ ਚੱਲਦਾ ਸੰਘਰਸ਼। ਰੇਡਰ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਆਹ ਤਗੜਾ ਮੈਚ ਜਿਹੜਾ ਇਸ ਵੇਲੇ ਚੱਲ ਰਿਹਾ ਹੈ। ਅੱਜ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਮੇਲਾ ਹੈ ਉਸਤਾਦ ਜੀ, ਇਕੱਠ ਵੀ ਪੂਰਾ ਐਨ ਠੱਠ ਵੱਜਿਆ ਹੋਇਆ, ਸਾਰੀ ਪਹੁੰਚੀ ਰੱਬ ਰੂਪੀ ਸੰਗਤ ਦਾ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ, ਜਿੰਨੀ ਵੀ ਸੰਗਤ ਆਈ ਹੈ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਸਾਰਿਆਂ ਦਾ ਧੰਨਵਾਦ। ਠਾਠਾ ਮਾਰਦਾ ਇਕੱਠ ਹੈ, ਆਹ ਭਿੰਡਰਾਂ ਵਾਲੇ ਪਿਸਤਲ ਦੀ ਪਈ ਹੋਰ ਰੇਡ ਤੇ ਅਵੈਸ ਕਿੰਗ ਦੀ ਕੋਸ਼ੇ, ਮੁਕਾਬਲਾ ਸਖਤ ਦੋਨੋਂ ਖਿਡਾਰੀਆਂ ਦੇ ਦਰਮਿਆਨ ਲੱਗਿਆ ਪਿਆ ਜ਼ੋਰ। ਇਹ ਅਵੈਸ ਕਿੰਗ ਇਸ ਵੇਲੇ ਨੌਜਵਾਨ ਗੱਭਰੂ ਕਮਾਲ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਲਾਉਂਦਾ ਹੋਇਆ ਮੇਰੇ ਵੀਰੋ, ਨਵਾਂ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦਾ ਅਵੈਸ ਕਿੰਗ ਛੋਟੇ ਘਿਆਲੇ ਵਾਲਾ ਜਸਬਾਲ ਗੋਣੀਆ ਜੀ ਦਾ ਧੰਨਵਾਦ ਹੈ, ਓਂਕਾਰ ਸਿੰਘ ਜੀ ਗਰੀਵਾਲ ਸਾਹਿਬ ਉਹਨਾਂ ਦਾ, ਸਾਰੀਆਂ ਸ਼ਖਸੀਅਤਾਂ ਮੈਟਰੋ ਦੀ ਖੇਡ ਕਲੱਬ। ਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਨਾਥ ਸਿਆ ਦੋਂਦ ਵਾਲਾ ਮੈਦਾਨ ਦੇ ਵਿੱਚ, ਵਧੀਆ ਹੋਇਆ ਕਬੱਡੀ ਖਿਡਾਰੀ ਛੋਟਾ ਨਾਥ,
ਪਿਆਰ ਦੇ ਨਾਲ ਆਖਿਆ ਜਾਂਦਾ ਅੰਮ੍ਰਿਤ ਨਾਮ ਇਸ ਕਬੱਡੀ ਖਿਡਾਰੀ ਦਾ। ਵਧਿਆ ਹੋਇਆ ਮੈਦਾਨ ਦੇ ਵਿੱਚ ਪਈ ਇਹ ਰੇਡ, ਕਿਹੜਾ ਫਿਰ ਚਾਰ ਬੰਨੇ ਪਰ ਬੰਨੇ ਕਬੱਡੀ ਖਿਡਾਰੀਆਂ ਦੇ ਵਿੱਚੋਂ। ਵਾਹਿਗੁਰੂ 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 ਟੱਕਰਨ ਦੀ ਕੋਸ਼ਿਸ਼ ਕਰਦਾ ਆ ਸੀਚੇ ਵਾਲੀ ਆ, ਬੰਨਿਆ ਪਰ ਬੰਨਿਆ ਕਬੱਡੀ ਖਿਡਾਰੀ ਪੁਆਇੰਟ। ਵਾਹਿਗੁਰੂ ਬੱਲੇ ਬੱਲੇ ਕਰਵਾਤੀ ਵਾਹਿਗੁਰੂ ਨੇ, ਇੱਕ ਇੱਕ ਕਬੱਡੀ ਦਾ ਇਸ਼ਾਰਾ ਹੈ। ਜੇ ਮੈਚ ਵਧੀਆ ਲੱਗਿਆ ਦੋਨੋਂ ਟੀਮਾਂ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ, ਬਹੁਤ ਤਕੜਾ ਮੈਚ। ਪੱਪੂ ਭਦੌੜ ਜੀ ਦਾ ਕੱਲ ਗੋਲਡ ਮੈਡਲ ਦੇ ਨਾਲ ਸਨਮਾਨ ਹੋਇਆ, ਅਮਰਜੀਤ ਸਿੰਘ ਗਰੇਵਾਲ ਪ੍ਰਧਾਨ ਰਹੇ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ, ਉਹਨਾਂ ਵੱਲੋਂ ਗੋਲਡ ਮੈਡਲ ਦੇ ਨਾਲ ਪੱਪੂ ਭਦੌੜ ਦਾ ਸਨਮਾਨ ਹੋਇਆ। ਅਮਰਜੀਤ ਸਿੰਘ ਜੀ ਗਰੇਵਾਲ ਟੈਪੀ ਪਿੰਡ ਵਾਲੇ, ਉਹਨਾਂ ਵੱਲੋਂ ਕੱਲ ਵਿੰਡਸਰ ਦੇ ਕੱਪ ਤੇ ਮਾਨ ਸਨਮਾਨ ਜਿਹੜਾ ਕੀਤਾ ਗਿਆ ਪੱਪੂ ਭਦੌੜ ਜੀ ਦਾ। ਸਾਹਮਣੇ ਸ਼ਹਿਜਾਦ ਨੌਜਨ ਪਾਉਂਦਾ ਹੋਇਆ ਕਬੱਡੀ, ਚਾਰ ਜਾਫੀਆਂ ਦੇ ਵਿੱਚ ਜੱਗਾ ਅਲਗੋ ਕੋਠੀ ਵਾਲਾ ਵੀ ਹੈ, ਸ਼ੱਕ ਹੈ ਆਹ ਜੱਗਾ ਚਿੱਟੀ ਵਾਲਾ ਨੌਜਨ ਗੱਭਰੂ, ਆਓ ਵੇਖਦਾ ਵੀ ਨੰਬਰ ਸਵਰਨਾ ਬੈਲੀ ਜੀ, ਬਲਵੀਰ ਸਿੰਘ ਜੀ, ਨਿੱਜਰ ਸਾਹਿਬ, ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ। ਇੱਧਰ ਕਾਲਾ ਹਾਂ ਜੀ, ਬਰਰਾਜ ਚੀਮਾ ਜੀ, ਮਲਕੀਤ ਦਿਓਲ ਜੀ, ਗੋਗਾ ਗੋਣੀਆਂ ਜੀ, ਜਸਪਾਲ ਗੋਣੀਆਂ ਜੀ, ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਾਡਾ ਸੋਤਾ ਜੀ ਉਹਨਾਂ ਦਾ, ਰਾਣਾ ਸਿੱਧੂ ਜੀ ਉਹਨਾਂ ਦਾ, ਇੰਦਰਜੀਤ ਧੋਗਾ ਜੀ, ਜਸਵਿੰਦਰ ਸ਼ੋਕਰ, ਸੁੱਖਾ ਰੰਧਾਵਾ ਜੀ, ਜੱਸੀ ਸਰਾਏ ਉਹਨਾਂ ਦਾ, ਸ਼ੇਰੇ ਮਡੇਰ ਉਹਨਾਂ ਦਾ, ਸਾਰਿਆਂ ਦਾ ਧੰਨਵਾਦ ਹੈ। ਹਕੀਕਤ ਸਿੰਘ ਕੀਕਾ ਜੀ ਦਾ ਧੰਨਵਾਦ ਹੈ ਵਿਸ਼ੇਸ਼ ਤੌਰ ਤੇ, ਬਹਾਦਰ ਸਿੰਘ ਜੀ, ਸੋ ਸੰਘਾ ਸਾਹਿਬ, ਸੰਘਾ ਬ੍ਰਦਰਸ, ਧੰਨਵਾਦ ਜੀ ਇਹਨੂੰ, ਯੂਕੇ ਤੋਂ ਆਏ ਸਰਦਾਰ ਹਕੀਕਤ ਸਿੰਘ ਕੀਕਾ ਜੀ ਕਾਲਾ ਸੰਘਿਆ ਵਾਲੇ।